ਤਦ ਤੱਕ ਫਾਈਲ ਨਹੀਂ ਫੜਦੀ ਜਦ ਤੱਕ ਮੈਨੂੰ ਕੌਨਫੀਡੈਂਸ ਨਹੀਂ ਹੋਵੇ ਮੈਂ ਇਹਦਾ ਵੀਜ਼ਾ ਕਢਾ ਲਾਂ। ਜਿਹੜਾ ਵੀ ਕਲਾਇੰਟ ਹੈ ਉਹਨੂੰ ਇੰਨਾ ਕੁ ਐਜੂਕੇਟ ਕਰ ਦਿੰਦੇ ਹਾਂ, ਉਹਨੂੰ ਆਪ ਨੂੰ ਪਤਾ ਲੱਗਦਾ ਫਾਈਲ ਦੇਖ ਕੇ ਕਿ ਮੇਰੀ ਗਲਤੀ ਕਿੱਥੇ ਸੀ, ਹੁਣ ਮੇਰਾ ਵੀਜ਼ਾ ਆਇਆ। ਉਹ ਮੈਂ ਨਹੀਂ ਕਹਿੰਦੀ, ਉਹ ਆਪ ਕਹਿੰਦਾ ਮੇਰਾ ਵੀਜ਼ਾ ਹੋਏਗਾ। ਸੁਣਿਆ ਹੋਣਾ ਮਾਰਕੀਟ ਦੇ ਵਿੱਚ ਇਕੱਲਾ ਪਾਸਪੋਰਟ ਦਿਓ ਵੀਜ਼ਾ ਲੱਗ ਜਾਏ, 20,000 ਰੁਪਏ ਦਿਓ ਤੇ ਤੁਹਾਡਾ ਵੀਜ਼ਾ ਲੱਗ ਜਾਣਾ, ਜਬਕਿ ਇਹ ਚੀਜ਼ਾਂ ਨਹੀਂ ਹੈ। ਕਈ ਕਹਿੰਦੇ ਨੇ 2.5 ਲੱਖ 'ਚ ਵੀਜ਼ਾ ਲਾ ਲਓ। ਜੇ ਤੁਹਾਡੇ ਕੋਲ ਇੰਨੀ ਸੇਵਿੰਗ ਹੈ ਔਰ ਇੰਨੀ ਸੇਵਿੰਗ ਦੇ ਨਾਲ ਤੁਸੀਂ ਜਾ ਰਹੇ ਹੋ ਤਾਂ ਤੁਹਾਡਾ ਕੁਛ ਨਹੀਂ ਹੋ ਸਕਦਾ, ਵੀਜ਼ਾ ਰਿਫਿਊਜ਼ ਹੀ ਹੋਣਾ। ਦੇਸ਼ ਦੇ ਵਿੱਚੋਂ ਮੁੜ ਕੇ ਆ ਜਾਂਦੇ ਨੇ, ਕਹਿੰਦੇ ਨੇ ਕਿ ਲੱਭਣੀ ਨਹੀਂ ਮੌਜ ਪੰਜਾਬ ਵਰਗੀ। ਪੰਜਾਬ ਵਰਗੀ ਮੌਜ ਕਿੱਥੇ ਵੀ ਨਹੀਂ ਹੈ। ਜਿਹੜੀਆਂ ਸ਼ਿਫਟਾਂ 5 ਵਜੇ ਸ਼ੁਰੂ ਹੁੰਦੀਆਂ, ਇੱਥੇ ਤੁਸੀਂ ਆਰਾਮ ਨਾਲ 10 ਵਜੇ ਜਾਂਦੇ ਹੋ। ਸੰਡੇ ਅਪੁਆਇੰਟਮੈਂਟ ਫਿਕਸ ਹੁੰਦੀ ਹੈ, ਪੇਰੈਂਟਸ ਦੇ ਨਾਲ ਅਪੁਆਇੰਟਮੈਂਟ ਫਿਕਸ ਹੁੰਦੀ, ਤੁਹਾਨੂੰ ਅਪੁਆਇੰਟਮੈਂਟ ਲੈਣੀ ਆਪਣੇ ਪੇਰੈਂਟਸ ਕੋਲ ਮਿਲਣ ਵਾਸਤੇ। ਜਿਹੜਾ ਇੱਥੇ ਨਹੀਂ ਕੰਮ ਕਰ ਸਕਦਾ ਉਹ ਕਿਤੇ ਵੀ ਕੰਮ ਨਹੀਂ ਕਰ ਸਕਦਾ। ਹੁਣ ਅੱਜ ਕੱਲ ਆਪਾਂ ਇਹ ਸੋਚੀ ਕੈਨੇਡਾ ਕੰਮ ਨਹੀਂ ਜਾਂ UK ਕੰਮ ਨਹੀਂ ਜਾਂ ਆਸਟ੍ਰੇਲੀਆ ਕੰਮ ਨਹੀਂ, ਇੱਦਾਂ ਦਾ ਕੁਛ ਵੀ ਨਹੀਂ। ਮੈਂ ਜਿਹੜੇ ਸਟੂਡੈਂਟ 5-7 ਸਾਲ ਪਹਿਲਾਂ ਭੇਜੇ ਨੇ, ਟਰਾਂਸਪੋਰਟੇਸ਼ਨ ਕੰਪਨੀ ਬਣਾਈ ਹੈ ਉਹਨਾਂ ਨੇ, ਤੇ ਅੱਜ ਤੁਸੀਂ ਦੇਖੋ ਵਨ ਆਫ ਦਾ ਲੀਡਿੰਗ ਕੰਪਨੀ ਹੈ ਉਹ ਸਰੀ ਦੀ। ਪੁਰਾਣੇ ਫੰਡ ਦੀ ਲੋੜ ਨਹੀਂ, ਹੁਣੇ ਹੀ ਐਂਟਰੀਆਂ ਪਾ ਲਓ। ਉਹ ਵੀ ਕਲਾਇੰਟ ਵੀ 5-10 ਲੱਖ ਦੀਆਂ ਇਕੱਠੀਆਂ ਐਂਟਰੀ ਪਾ ਦੇਣ, ਆਸੇ ਪਾਸੇ ਤੋਂ ਪੜ ਕੇ ਤੁਹਾਡੇ ਕੋਲ ਫੜ ਲਿਆ, ਮੇਰੇ ਕੋਲ ਫੜ ਲਿਆ, ਕਿ ਹਾਂ ਰਿਫਿਊਜ਼ਲ ਮੇਰਾ ਨਾਂ ਆਵੇ, ਮੈਨੂੰ ਫੰਡ ਸ਼ੋਅ ਕਰਨਾ ਪਾਓ, ਕੋਈ ਇਸ਼ੂ ਨਹੀਂ ਹੈ ਉਹਦੇ 'ਚ। ਰੀਸੈਂਟ ਐਂਟਰੀਜ਼ 'ਤੇ ਵੀ ਅਸੀਂ ਵੀਜ਼ਾ ਲਿਆ ਹੋਇਆ, ਪਰ ਤੁਸੀਂ ਉਹਨੂੰ ਸ਼ੋਅ ਕਰੋ ਕਿ ਤੁਸੀਂ ਉਹ ਪੈਸਾ ਕਿੱਧਰੋਂ ਲਿਆਇਓ। ਜੇ ਤੁਸੀਂ ਨਵੀਂ ਫਾਈਲ ਨਵੇਂ ਤਰੀਕੇ ਨਾਲ ਲਾ ਸਕਦੇ ਹੋ ਤਾਂ ਲਾਓ, ਅਦਰਵਾਈਜ਼ ਰਿਫਿਊਜ਼ ਹੋਏਗਾ। 4-5 ਸਾਲ ਉਹਨੂੰ ਪੂਰੇ ਦੇਣੇ ਪੈਂਦੇ ਆਪਣੇ ਆਪ ਨੂੰ, ਆਪਣੇ ਆਪ ਨੂੰ ਭੁੱਲਣਾ ਪੈਂਦਾ ਕਿ ਉਹ ਕੀ ਹੈ। ਜੇ ਉਹ ਆਪਣੇ ਆਪ ਨੂੰ ਭੁੱਲ ਕੇ ਮਿਹਨਤ ਕਰਦਾ ਤਾਂ ਉਹ ਅਗਲੇ 30 ਸਾਲ ਆਪਣੀ ਜ਼ਿੰਦਗੀ ਬਹੁਤ ਵਧੀਆ ਜੀ ਸਕਦਾ। ਬੰਦੇ ਦੇ ਕੰਮ ਦੀ ਕੀਮਤ ਹੈ, ਬੰਦੇ ਦੀ ਕੀਮਤ ਹੀ ਉਹਦੇ ਕੰਮ ਕਰਕੇ, ਉਹਦੀ ਕੀਮਤ ਹੀ ਹੈ ਕਿ ਉਹ ਕੰਮ ਕਿੱਦਾਂ ਦਾ ਕਰਦਾ। 72% ਫਾਈਲਸ ਮੇਰੇ ਕੋਲ ਸਾਰੀਆਂ ਰਿਫਿਊਜ਼ਲ ਵਾਲੀਆਂ, ਔਰ ਉਹਦਾ 90% ਸਾਡਾ ਸਕਸੈਸ ਰੇਟ ਹੈ। 10% ਹੈ ਜੇ ਕਿਸੇ ਦਾ ਕੁਛ ਨਹੀਂ ਕਰ ਸਕਦੇ, ਉਹਨਾਂ ਨੂੰ ਆਪਾਂ ਹੱਥ ਜੋੜਦੇ ਵੀ ਕਿਸੇ ਹੋਰ ਕੰਟਰੀ ਦਾ ਅਪਲਾਈ ਕਰ ਲਓ, ਬੈਟਰ ਹੈ, ਇੱਥੇ ਆਪਾਂ ਪੈਸੇ ਨਾ ਖਰਾਬ ਕਰੀਏ। ਕੈਨੇਡਾ ਦੀ ਅਪੀਲ ਦਾ ਕੋਈ ਵੀ ਸਕਸੈਸ ਰੇਟ ਨਹੀਂ ਹੈਗਾ। ਮੈਂ ਨਹੀਂ ਕਿਸੇ ਨੂੰ ਰੈਕਮੈਂਡ ਕਰਾਂਗੀ ਪੈਸੇ ਖਰਾਬ ਕਰੋ। UK ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਰੇਟ ਹੈ ਦਾ। ਜੇ ਕਿਸੇ ਵੀ ਕਲਾਇੰਟ ਦੀ ਵਿਦਿਨ 6 ਮੰਥਸ ਰਿਫਿਊਜ਼ਲ ਹੈ, ਉਹ 100% ਥਰੂ ਲਾਇਰ ਦੀ ਅਪੀਲ ਕਰਦਾ, ਵਿਦਿਨ 2-3 ਮੰਥਸ ਉਹਨੂੰ ਵੀਜ਼ਾ ਮਿਲ ਸਕਦਾ। 4 ਚੀਜ਼ਾਂ 'ਤੇ ਜੇ ਤੁਸੀਂ ਧਿਆਨ ਦਿੰਦੇ ਹੋ ਨਾ ਤਾਂ ਵੀਜ਼ਾ ਰਿਫਿਊਜ਼ ਹੋ ਹੀ ਨਹੀਂ ਸਕਦਾ। ਉਹ ਕੀ? ਬੈਂਕ, ਬਿਜ਼ਨਸ, ਪ੍ਰੋਪਰਟੀ ਤੇ ਤੁਹਾਡਾ ਪਰਪਸ ਆਫ ਵਿਜ਼ਿਟ। UK ਦਾ ਬੈਨ ਤੁਹਾਡੇ ਤੇ ਲੱਗੇ, ਫਿਰ ਉਹਦੇ ਲਈ ਸੋਲੂਸ਼ਨ ਰਾਹ ਕੀ ਹੈ? ਜੇ ਕੋਈ ਬੈਨ ਲੱਗਿਆ ਤੁਸੀਂ ਉਹਨੂੰ 100% ਹਟਾ ਸਕਦੇ ਹੋ, ਜੇ ਤੁਸੀਂ ਸੋਚਦੇ ਉਹਦੇ 'ਚ ਤੁਹਾਡਾ ਕੋਈ ਵੀ ਕਸੂਰ ਨਹੀਂ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਜਸ ਕਰੇਵਾਲ, ਉਮੀਦ ਕਰਦਾ ਠੀਕ ਠਾਕ ਹੋਵੋਗੇ। ਅੱਜ ਦੇ ਸਮੇਂ ਦੇ ਵਿੱਚ ਕੌਣ ਨਹੀਂ ਚਾਹੁੰਦਾ ਕਿ ਵਿਦੇਸ਼ 'ਚ ਆਇਆ ਜਾਵੇ, ਕੌਣ ਨਹੀਂ ਚਾਹੁੰਦਾ ਕਿ ਘੁੰਮਿਆ ਫਿਰਿਆ ਜਾਵੇ ਵਿਦੇਸ਼ ਦੇ ਵਿੱਚ, ਕੌਣ ਨਹੀਂ ਚਾਹੁੰਦਾ ਕਿ ਵਿਦੇਸ਼ ਦੇ ਵਿੱਚ ਸੈੱਟ ਹੋ ਜਾਵੇ। ਪਰ ਚਾਹੁੰਦਾ ਹਰ ਕੋਈ ਆ, ਪਰ ਰਾਹ ਦੇ ਵਿੱਚ ਕਿਤੇ ਨਾ ਕਿਤੇ ਇੱਕ ਰੋੜਾ ਜਿਹੜਾ ਉਹ ਜ਼ਰੂਰ ਲੱਗ ਜਾਂਦਾ ਹੈ। ਉਹ ਰੋੜਾ ਰਿਫਿਊਜ਼ਲ ਦਾ ਹੁੰਦਾ ਆ। ਸ਼ਾਇਦ ਅਸੀਂ ਰਿਫਿਊਜ਼ਲ ਦੀ ਜੜ੍ਹ ਤੱਕ ਨਹੀਂ ਪਹੁੰਚਦੇ। ਸਾਨੂੰ ਹੁੰਦਾ ਕਿ ਜਿਹੜੇ ਕੰਸਲਟੈਂਟ ਤੋਂ ਅਸੀਂ ਫਾਈਲ ਲਵਾਈ ਆ ਉਹ ਯਾਰ ਗਲਤ ਹੋ ਸਕਦਾ, ਹੋਰ ਤੋਂ ਲਗਵਾ ਲਈਏ, ਹੋਰ ਤੋਂ ਲਗਵਾ ਲਈਏ, ਫਿਰ 3-4-5 ਰਿਫਿਊਜ਼ਲਾਂ ਆ ਜਾਂਦੀਆਂ ਨੇ। ਤਾਂ ਉਸ ਤੋਂ ਬਾਅਦ ਰੱਬ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਕਿ ਯਾਰ ਸਾਡੀ ਤਾਂ ਕਿਸਮਤ ਦੇ ਵਿੱਚ ਲਿਖਿਆ ਹੀ ਨਹੀਂ, ਸ਼ਾਇਦ ਅਸੀਂ ਅਸਲ ਜੜ੍ਹ ਤੱਕ ਪਹੁੰਚਦੇ ਨਹੀਂ।
ਪਰ ਅੱਜ ਕੋਸ਼ਿਸ਼ ਕਰਾਂਗੇ ਰਿਫਿਊਜ਼ਲ ਦੀ ਅਸਲ ਜੜ ਤੱਕ ਪਹੁੰਚਿਆ ਜਾਵੇ। ਜੇਕਰ ਰਿਫਿਊਜ਼ਲ ਲੱਗਦੀ ਹੈ ਤਾਂ ਕਿਉਂ ਲੱਗਦੀ ਹੈ। ਅਸੀਂ ਅੱਜ ਵੀਜ਼ਾ 24 ਦੇ ਆਫਿਸ ਦੇ ਵਿੱਚ ਹਾਂ, ਮੇਰੇ ਨਾਲ ਪੂਜਾ ਸਚਦੇਵਾ ਜੀ ਹੋਣਗੇ। ਗੱਲਬਾਤ ਇਹਨਾਂ ਦੇ ਨਾਲ ਕਰਾਂਗੇ, ਰਿਫਿਊਜ਼ਲ ਦੇ ਮੁੱਖ ਕਾਰਨਾਂ ਦੇ ਉੱਪਰ ਗੱਲਬਾਤ ਕਰਾਂਗੇ, ਰਿਫਿਊਜ਼ਲ ਤੋਂ ਅਪਰੂਵਲ ਤੱਕ ਪਹੁੰਚਣ ਦਾ ਰਾਹ ਕਿਵੇਂ ਪੱਧਰਾ ਕੀਤਾ ਜਾ ਸਕਦਾ ਇਸ 'ਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰੀਏ, ਫਿਰ ਅਗਲੀ ਗੱਲਬਾਤ ਵਧਾਂਗੇ। ਪੂਜਾ ਜੀ ਸਵਾਗਤ ਹੈ। ਥੈਂਕ ਯੂ ਸੋ ਮੱਚ। ਠੀਕ ਠਾਕ ਹੋ? ਬਿਲਕੁਲ ਠੀਕ, ਤੁਸੀਂ ਸੁਣਾਓ। ਜੇ ਮੈਂ ਕਿਹਾ ਕਿ ਹਰ ਇੱਕ ਦਾ ਸੁਪਨਾ ਹੁੰਦਾ ਵਿਦੇਸ਼ ਜਾਣਾ ਆ, ਪਰ ਬਹੁਤਿਆਂ ਦੇ ਰਾਹ ਦਾ ਅੜਿੱਕਾ ਜਿਹੜਾ ਰਿਫਿਊਜ਼ਲ ਬਣ ਜਾਂਦੀ, ਤੁਸੀਂ ਵੀ ਗੱਲ ਕਰ ਰਹੇ ਸੀ ਕਿ 70-75% ਜਿਹੜਾ ਉਹ ਰਿਫਿਊਜ਼ਲ ਹੁੰਦੀ ਹੁੰਦੀ ਆ। ਇਸ ਟਾਈਮ ਦਾ ਹੈ 69% ਰਿਫਿਊਜ਼ਲ ਆ ਰਹੀ ਹੈ ਮਾਰਕੀਟ ਦੇ ਵਿੱਚ ਵਿਜ਼ਿਟਰ ਵੀਜ਼ਾ। ਜੇ ਆਪਾਂ ਕਾਰਨ ਤੇ ਜਾਈਏ, ਕਿਉਂਕਿ ਕਾਰਨ ਕੀ ਹੁੰਦੇ ਨੇ ਕੇਸ ਰਿਫਿਊਜ਼ ਹੋਣ ਦੇ, ਕਾਰਨ ਕੀ ਹੁੰਦੇ ਨੇ? ਕੋਈ ਯਾਰੀ ਆਪਣੇ ਆਪ ਨੂੰ ਬਹੁਤ ਵੱਡਾ ਖਾਉਂਦੇ ਹੁੰਦੇ ਨੇ ਜਿਹਨਾਂ ਕੋਲ ਜਾਂਦੇ ਹਾਂ ਕਿ ਠੀਕ ਹੈ ਜਿਸ ਤਰ੍ਹਾਂ ਐਕਸਪਰਟ ਹਾਂ, ਪਰ ਫਿਰ ਵੀ ਰਿਫਿਊਜ਼ਲ ਆ ਜਾਂਦੀ ਹੈ। ਰਿਫਿਊਜ਼ਲ ਤੁਸੀਂ ਦੇਖਦੇ ਹੋਣੇ ਮਾਰਕੀਟ 'ਚ ਕਿੰਨੇ ਏਜੰਟ ਨੇ, ਸਾਰੇ ਹੀ ਇਹੀ ਕਹਿ ਰਹੇ ਨੇ ਕਿ ਵਿਜ਼ਿਟਰ ਵੀਜ਼ਾ ਲੱਗਦਾ। ਤੁਸੀਂ ਵੀ ਦੇਖਦੇ ਹੋਣੇ, ਕਾਰਨ ਕੀ ਹੈ? ਕਿਉਂਕਿ ਲੋਕ ਇਹ ਧਿਆਨ ਨਹੀਂ ਦੇ ਪਾਉਂਦੇ ਕਿ ਵੀਜ਼ਾ ਕਿਵੇਂ ਲੱਗਣਾ। ਚਾਰ ਚੀਜ਼ਾਂ 'ਤੇ ਜੇ ਤੁਸੀਂ ਧਿਆਨ ਦਿੰਦੇ ਹੋ ਨਾ ਤਾਂ ਵੀਜ਼ਾ ਰਿਫਿਊਜ਼ ਹੋ ਹੀ ਨਹੀਂ ਸਕਦਾ। ਉਹ ਕੀ? ਬੈਂਕ, ਬਿਜ਼ਨਸ, ਪ੍ਰੋਪਰਟੀ ਅਤੇ ਤੁਹਾਡਾ ਪਰਪਜ਼ ਆਫ ਵਿਜ਼ਿਟ। ਤੁਸੀਂ ਜੋ ਵੀ ਰਿਫਿਊਜ਼ਲ ਚੱਕੋਗੇ ਨਾ, ਚਾਰ ਰੀਜ਼ਨ ਦੇ ਵਿੱਚੋਂ ਕੋਈ ਨਾ ਕੋਈ ਰੀਜ਼ਨ ਹੋਏਗਾ ਜਿਹਦੇ ਕਾਰਨ ਤੁਹਾਡੀ ਰਿਫਿਊਜ਼ਲ ਆਈ ਹੈ। ਅਤੇ ਕੰਸਲਟੈਂਟ ਜਾਂ ਇੱਕ ਕਲਾਇੰਟ ਨੂੰ ਕੀ ਦੇਖਣਾ ਚਾਹੀਦਾ ਕਿ ਆਹ ਜਿਹੜੇ ਚਾਰ ਰੀਜ਼ਨ ਨੇ, ਜੇ ਤੁਸੀਂ ਇਹਨਾਂ 'ਤੇ ਫੋਕਸ ਕਰਕੇ ਫਾਈਲ ਲਾਉਂਦੇ ਹੋ ਨਾ, ਤੁਹਾਡਾ ਵੀਜ਼ਾ ਰਿਫਿਊਜ਼ ਹੀ ਨਹੀਂ ਹੋ ਸਕਦਾ। ਠੀਕ ਹੈ? ਅਤੇ ਇਹਦੇ ਵਿੱਚ ਆਪਾਂ ਕਿਵੇਂ ਦੇਖਦੇ ਹਾਂ, ਕਈ ਵਾਰ ਤੁਸੀਂ ਵੀ ਦੇਖਦੇ ਹੋ ਜਾਂ ਕਲਾਇੰਟ ਵੀ ਦੇਖਦਾ, ਫਾਈਨੈਂਸ਼ੀਅਲ ਅਤੇ ਰਿਫਿਊਜ਼ਲ। ਬਿਲਕੁਲ। ਕੰਸਲਟੈਂਟ ਹੈ, ਵੀਜ਼ਾ 'ਚ ਫਾਈਲ ਲਾਓ, 2.5 ਲੱਖ ਬੈਲੈਂਸ ਦੇ ਵਿੱਚ ਫਾਈਲ ਲਾਓ। ਠੀਕ ਹੈ? ਤੁਹਾਨੂੰ ਕੋਈ ਬੈਂਕ ਦੇ ਡਾਕੂਮੈਂਟਸ ਦੀ ਨੀਡ ਨਹੀਂ, ਤੁਹਾਨੂੰ ਕੋਈ ਬਿਜ਼ਨਸ ਦੇ ਡਾਕੂਮੈਂਟਸ ਦੀ ਨੀਡ ਨਹੀਂ। ਜੇ ਕਲਾਇੰਟ ਨੂੰ ਕੁਛ ਵੀ ਨਹੀਂ ਪਤਾ, ਕਲਾਇੰਟ ਤੁਹਾਡੇ ਕੋਲ ਆਇਆ ਇੱਕ ਏਜੰਟ 'ਤੇ ਭਰੋਸਾ ਕਰਕੇ, ਠੀਕ ਹੈ ਨਾ, ਅਸੀਂ ਹੀ ਉਹਨੂੰ ਮਿਸਗਾਈਡ ਕਰ ਰਹੇ ਹਾਂ ਕਿ ਤੁਸੀਂ ਇਕੱਲਾ, ਤੁਸੀਂ ਸੁਣਿਆ ਹੋਣਾ ਮਾਰਕੀਟ ਦੇ ਵਿੱਚ ਇਕੱਲਾ ਪਾਸਪੋਰਟ ਦਿਓ ਵੀਜ਼ਾ ਲੱਗ ਜਾਏ, 20,000 ਰੁਪਏ ਦਿਓ ਅਤੇ ਤੁਹਾਡਾ ਵੀਜ਼ਾ ਲੱਗ ਜਾਣਾ, ਜਬਕਿ ਇਹ ਚੀਜ਼ਾਂ ਨਹੀਂ ਹੈ। ਤੁਸੀਂ ਜੇ ਕਲਾਇੰਟ ਆਪ ਹੀ ਐਜੂਕੇਟ ਖੁਦ ਆਪਣੇ ਆਪ ਨੂੰ ਕਰ ਲਵੇ ਨਾ, ਆ ਚਾਰ ਚੀਜ਼ਾਂ 'ਤੇ ਫੋਕਸ ਕਰੇ। ਬੈਂਕ, ਮੇਰਾ ਬੈਂਕ ਬੈਲੈਂਸ ਕਿੰਨਾ ਹੈ, ਬੈਂਕ ਬੈਲੈਂਸ ਨੂੰ ਤੁਸੀਂ ਕਿਵੇਂ ਕੈਲਕੂਲੇਟ ਕਰੋਗੇ, ਤੁਹਾਡੇ ਆਉਣ ਜਾਣ ਦਾ ਖਰਚਾ ਜਿੰਨਾ ਤੁਸੀਂ ਉੱਥੇ ਰਹਿ ਰਹੇ ਹੋ ਉਹ ਕੈਲਕੂਲੇਟ, 1-2 ਲੱਖ ਦਾ ਖਰਚਾ ਉਹ ਹੈ। ਜੇ ਤੁਸੀਂ ਵਾਪਸ ਆ ਕੇ ਕੀ ਕਰੋਗੇ, ਜੇ ਤੁਹਾਡੇ ਕੋਲ ਇੰਨੀ ਸੇਵਿੰਗ ਹੈ, ਕਈ ਕਹਿੰਦੇ ਨੇ 2.5 ਲੱਖ 'ਚ ਵੀਜ਼ਾ ਲਾ ਲਓ, ਜੇ ਤੁਹਾਡੇ ਕੋਲ ਇੰਨੀ ਸੇਵਿੰਗ ਹੈ ਔਰ ਇੰਨੀ ਸੇਵਿੰਗ ਦੇ ਨਾਲ ਤੁਸੀਂ ਜਾ ਰਹੇ ਹੋ ਤਾਂ ਤੁਹਾਡਾ ਕੁਛ ਨਹੀਂ ਹੋ ਸਕਦਾ, ਵੀਜ਼ਾ ਰਿਫਿਊਜ਼ ਹੀ ਹੋਣਾ। ਕੁਛ ਇੱਕ ਹੁੰਦੇ ਨੇ ਏਜੰਟ, ਤੁਹਾਨੂੰ ਵੀ ਕਹਿ ਦਿੰਦੇ ਹੋਣੇ, ਕੰਸਲਟੈਂਟ ਕਲਾਇੰਟ ਨੂੰ ਆਮ ਹੀ ਕਹਿ ਦਿੰਦਾ, ਤੁਸੀਂ ਕੋਈ ਨਹੀਂ ਪੁਰਾਣੇ ਫੰਡ ਦੀ ਲੋੜ ਨਹੀਂ, ਹੁਣੇ ਹੀ ਐਂਟਰੀਆਂ ਪਾ ਲਓ। ਉਹ ਵੀ ਕਲਾਇੰਟ ਵੀ 5-10 ਲੱਖ ਦੀਆਂ ਇਕੱਠੀਆਂ ਐਂਟਰੀ ਪਾ ਦੇਣ, ਆਸੇ ਪਾਸੇ ਤੋਂ ਫੜ ਕੇ ਤੁਹਾਡੇ ਕੋਲ ਫੜ ਲਿਆ, ਮੇਰੇ ਕੋਲ ਫੜ ਲਿਆ, ਕਿ ਹਾਂ ਰਿਫਿਊਜ਼ਲ ਮੇਰਾ ਨਾਂ ਆਵੇ, ਮੈਨੂੰ ਫੰਡ ਸ਼ੋਅ ਕਰਨਾ। ਜਦਕਿ ਜੇ ਹੁਣ ਤੁਸੀਂ ਵੀ ਪਾ ਰਹੇ ਹੋ, ਮੈਂ ਵੀ ਪਾ ਰਹੀ ਹਾਂ ਜਾਂ ਕੋਈ ਹੋਰ ਪਾ ਰਿਹਾ, ਇੱਕ ਆਫਿਸਰ ਕੀ ਦੇਖ ਰਿਹਾ ਵੀ ਆਹ ਕਿੱਧਰੋਂ ਆ ਗਿਆ ਪੈਸਾ ਪਾਓ, ਕੋਈ ਇਸ਼ੂ ਨਹੀਂ ਹੈ ਉਹਦੇ 'ਚ। ਰੀਸੈਂਟ ਐਂਟਰੀਜ਼ 'ਤੇ ਵੀ ਅਸੀਂ ਵੀਜ਼ਾ ਲਿਆ ਹੋਇਆ, ਪਰ ਤੁਸੀਂ ਉਹਨੂੰ ਸ਼ੋਅ ਕਰੋ ਕਿ ਤੁਸੀਂ ਉਹ ਪੈਸਾ ਕਿੱਧਰੋਂ ਲਿਆਇਓ, ਸੋਰਸ ਆਫ ਫੰਡ ਕੀ ਹੈ। ਬਹੁਤੀਆਂ ਅਜਿਹੀਆਂ ਚੀਜ਼ਾਂ ਨੇ, ਜੇ ਤੁਸੀਂ ਫੋਕਸ ਕਰਦੇ ਹੋ ਤੁਹਾਡਾ ਵੀਜ਼ਾ ਰਿਫਿਊਜ਼ ਹੀ ਨਹੀਂ ਹੋ ਸਕਦਾ। ਇਹਦੇ 'ਚ ਮਤਲਬ ਜਿਵੇਂ ਤੁਸੀਂ ਕਿਹਾ ਕਿ ਆਪਾਂ ਆਫਿਸਰ ਨੂੰ ਇਹ ਨਹੀਂ ਜਿਤਾਉਣਾ ਹੁੰਦਾ ਕਿ ਭਾਈ ਅਸੀਂ ਤਾਂ ਬਸ ਸਾਰਾ ਕੁਝ ਟੈਂਪਰੇਰੀ ਕਰ ਰਹੇ ਹਾਂ। ਹਾਂਜੀ, ਇਹ ਤਾਂ ਜਿਤਾਉਣਾ ਨਹੀਂ ਹੁੰਦਾ, ਬਿਲਕੁਲ ਨਹੀਂ। ਉਹਨਾਂ ਨੂੰ ਆਪਾਂ ਇਹ ਦਿਖਾਉਣਾ ਹੈ ਕਿ ਮੇਰੇ ਕੋਲ ਇੰਨੀ ਸੇਵਿੰਗ ਹੈ, ਇੰਨਾ ਮੇਰੇ ਕੋਲ ਘੁੰਮਣ ਵਾਸਤੇ ਪੈਸਾ ਹੈ, ਇਹ ਮੇਰਾ ਬੈਂਕ ਬੈਲੈਂਸ ਹੈ, ਇਹ ਮੇਰਾ ਬਿਜ਼ਨਸ ਹੈ ਔਰ ਇਹ ਮੇਰਾ ਪਰਪਜ਼ ਹੈ। ਪਰਪਜ਼ ਆਫ ਵਿਜ਼ਿਟ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ, ਮੈਂ ਕਿਉਂ ਜਾ ਰਿਹਾ ਘੁੰਮਣ।
ਤੁਸੀਂ ਦੇਖਿਆ ਹੋਣਾ ਕੰਸਲਟੈਂਟ ਸਿੰਗਲ 22 ਸਾਲ ਦੇ ਬੱਚੇ ਨੂੰ ਵੀ ਇਕੱਲਾ ਭੇਜ ਦਿੰਦਾ ਕੈਨੇਡਾ ਫਾਈਲ ਲਗਾਉਣ ਨੂੰ ਰਿਫਿਊਜ਼ਲ। ਬਿਲਕੁਲ, ਕਿਉਂਕਿ ਜੇ ਅੱਜ ਕੱਲ੍ਹ ਦੀ ਵੀ ਆਪਾਂ ਦੇਖੀਏ ਮੁੰਬਈ ਵੀ ਜਾ ਰਹੇ ਨਾ ਆਪਾਂ, ਚਾਰ ਬੰਦੇ ਨਾਲ ਲੈ ਕੇ ਤੁਰਾਂਗੇ। ਆਪਾਂ ਆਫਿਸਰ ਨੂੰ ਰੀਜ਼ਨ ਦਿਓ, ਮੈਂ ਇਕੱਲਾ ਕਿਉਂ ਜਾਣਾ ਕੈਨੇਡਾ, ਮੈਂ ਇਕੱਲਾ ਕਿਉਂ ਜਾ ਰਿਹਾ। ਹਾਂ ਕਹੋ ਮੈਂ ਆਪਣੇ ਕੋਈ ਫਰੈਂਡ ਹੈ ਮੇਰਾ ਉੱਥੇ, ਉਹਨੂੰ ਮਿਲਣ ਜਾ। ਇੱਕ ਪਰਪਸ ਆਫ ਵਿਜ਼ਿਟ ਕ੍ਰੀਏਟ ਕਰੋ ਜਿਹਦੇ ਨਾਲ ਆਫਿਸਰ ਨੂੰ ਲੱਗੇ ਕਿ ਸੱਚੀ ਹੋਈ ਤੁਸੀਂ ਵਿਜ਼ਿਟ ਕਰਨ ਜਾ ਰਹੇ ਹੋ ਔਰ ਤੁਸੀਂ ਵਾਪਸ ਆ ਜਾਓਗੇ। ਤੁਸੀਂ ਫਰਜ਼ ਦੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ ਕਈ ਵਾਰੀ ਕਹਿੰਦੇ ਭਾਈ ਹੁਣੀ ਐਂਟਰੀਆਂ ਜਿਹੜੀਆਂ ਉਹ ਮਾਰ ਦਿਓ, ਕਿੰਨਾ ਪੁਰਾਣੇ ਫੰਡ ਜਿਹੜੇ ਉਹ ਚਾਹੀਦੇ? ਇਹਦੇ ਵਿੱਚ ਕੋਈ ਵੀ ਪੁਰਾਣੇ ਫੰਡ ਦੀ ਕੋਈ ਜ਼ਰੂਰਤ ਨਹੀਂ ਹੈ, ਤੁਹਾਡੇ ਕੋਲ ਰਨਿੰਗ ਬੈਂਕ ਬੈਲੈਂਸ ਚੱਲ ਰਿਹਾ। ਤੁਸੀਂ ਜੇ ਅਕਾਊਂਟ ਦੇ ਵਿੱਚ ਐਂਟਰੀ ਕਰ ਰਹੇ ਹੋ ਤਾਂ ਤੁਹਾਡੇ ਕੋਲ ਐਂਟਰੀ ਦਾ ਰੀਜ਼ਨ ਹੋਣਾ ਚਾਹੀਦਾ, ਸੋਰਸ ਆਫ ਫੰਡ ਹੋਣਾ ਚਾਹੀਦਾ। ਉਹ ਐਂਟਰੀ ਤੁਸੀਂ ਕਿੱਧਰੋਂ ਲਿਆਏ ਹੋ, ਜਿਵੇਂ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਾਂ ਤੁਹਾਡੀ ਕੋਈ ਰੈਂਟਲ ਇਨਕਮ ਹੈ ਜਾਂ ਫਿਰ ਤੁਸੀਂ ਕਿਸੇ ਤੋਂ ਪੈਸੇ ਲਏ ਔਰ ਤੁਸੀਂ ਦਿੱਤੇ ਹੋਏ। ਉਹ ਨੋਰਮਲੀ ਹੁੰਦਾ, ਆਪਾਂ ਜ਼ਿਆਦਾਤਰ ਬੈਂਕ 'ਚ ਨਹੀਂ ਪੈਸਾ ਰੱਖਦੇ, ਆਪਾਂ ਕਿਸੇ ਨੂੰ ਦੇ ਵੀ ਦਿੰਦੇ ਹਾਂ, ਉਸ ਤੋਂ ਆਪਾਂ ਪੈਸੇ ਵਾਪਸ ਲਏ, ਉਸ ਤੋਂ ਇੱਕ ਐਫੀਡੇਵਿਟ ਬਣਾਓ ਕਿ ਮੈਨੂੰ ਇੰਟਰਸਟ ਤੇ ਦਿੱਤਾ ਸੀ, ਹੁਣ ਮੈਨੂੰ ਲੋੜ ਹੈ ਤੇ ਮੈਂ ਵਾਪਸ ਲੈ ਰਿਹਾ। ਇਹ ਚੀਜ਼ਾਂ ਜੇ ਸੋਰਸ ਤੁਸੀਂ ਦਿਖਾਓਗੇ ਵੀਜ਼ਾ ਆਫੀਸਰ ਨੂੰ ਕਦੇ ਦਿੱਕਤ ਨਹੀਂ ਹੁੰਦੀ। ਹੁਣ ਤੁਸੀਂ ਵੱਡੀ ਐਂਟਰੀ ਹੈ ਉਹਨੂੰ ਪਹਿਲਾਂ ਐਕਸਪਲੇਨ ਕਰ ਦਿਓ, ਜਿਹੜੇ ਆਫੀਸਰ ਦੇ ਵਿੱਚ ਡਾਊਟ ਆਏਗਾ ਆਫੀਸਰ ਦੇ ਮਾਇੰਡ 'ਚ ਵੀ ਆਹ ਐਂਟਰੀ ਕਿਉਂ ਹੈ, ਉਹਨੂੰ ਤੁਸੀਂ ਪਹਿਲਾਂ ਕਵਰਿੰਗ 'ਚ ਮੈਨਸ਼ਨ ਕਰ ਦਿਓ। ਠੀਕ ਹੈ ਨਾ, ਹੁਣ ਕਈ ਕਲਾਇੰਟਸ ਨੇ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੁੰਦਾ ਮੇਰੀ ਫਾਈਲ ਦੇ ਵਿੱਚ ਲੱਗਿਆ ਕੀ ਹੈ, ਕਵਰਿੰਗ ਲੈਟਰ ਦੇ ਵਿੱਚ ਕੀ ਲੱਗਿਆ। ਤੁਸੀਂ ਆਪਣੇ ਕੰਸਲਟੈਂਟ ਨੂੰ ਪੁੱਛੋ ਕੀ ਰੀਜ਼ਨ ਪਾਇਆ ਤੁਹਾਡੇ ਵਿਜ਼ਿਟ ਦਾ, ਕੀ ਰੀਜ਼ਨ ਪਾਇਆ ਤੁਹਾਡੀ। ਜੇ ਅੱਜ ਐਂਟਰੀਜ਼ ਹੈਗੀਆਂ ਤੁਸੀਂ ਆਪ ਉਹਨੂੰ ਦੱਸੋ, ਉਹਨੂੰ ਐਕਸਪਲੇਨ ਕਰੋ ਕਿ ਆਹ ਐਂਟਰੀ ਮੈਂ ਕਿੱਧਰੋਂ ਲਿਆ। ਠੀਕ ਹੈ ਨਾ, ਉਹਨੂੰ ਐਕਸਪਲੇਨ ਕਰੋਗੇ 100% ਵੀਜ਼ਾ ਆਏਗਾ। ਅੱਛਾ ਇੱਕ ਚੀਜ਼ ਹੋਰ ਆ, ਠੀਕ ਹੈ ਇੱਕ ਵਾਰ ਰਿਫਿਊਜ਼ਲ ਆ ਗਿਆ, ਪਰ ਵਾਰ-ਵਾਰ ਰਿਫਿਊਜ਼ਲ ਆਉਣ ਦਾ ਉਹਦਾ ਕਾਰਨ ਕੀ ਹੁੰਦਾ ਹੈ? ਬਿਲਕੁਲ, ਬਹੁਤ ਵਧੀਆ ਕੁਐਸਚਨ ਹੈ। ਮੈਂ ਬਹੁਤ ਵਾਰ ਹਰ ਇੱਕ ਕਲਾਇੰਟ ਨੂੰ ਇੱਧਰੋਂ ਅੱਧਾ ਏਜੰਟ ਬਣਾ ਕੇ ਭੇਜਦੀ ਹਾਂ। ਕਿਉਂ? ਕਿਉਂਕਿ ਤੁਸੀਂ, ਮੈਂ ਇੱਕ ਰਿਫਿਊਜ਼ਲ ਲੈ ਕੇ ਵੀ ਬੈਠੀ ਹਾਂ, ਮੇਰੇ ਕੋਲ ਹਲੇ 2-3 ਡੇਜ਼ ਹੋਏ ਨੇ, ਇੱਕ ਕਲਾਇੰਟ ਆਇਆ 7ਵੀਂ ਰਿਫਿਊਜ਼ਲ ਤੋਂ ਬਾਅਦ। ਓਕੇ, 7 ਰਿਫਿਊਜ਼ਲ, ਪਹਿਲਾਂ ਇੱਕ ਕੋਲ ਲਾ ਲਈ, ਦੂਜੇ ਕੋਲ ਲਾ ਲਈ, ਤੀਜੇ ਕੋਲ ਲਾ ਲਈ, ਤੀਜੇ ਵਾਲੇ ਕੋਲ 4 ਵਾਰ ਲਾ ਲਈ, ਸੇਮ ਰੀਜ਼ਨ 'ਤੇ ਰਿਫਿਊਜ਼ ਹੋਇਆ। ਅਤੇ ਉਹਨੂੰ ਮੈਂ ਦਿਖਾਇਆ, ਮੈਂ ਕਿਹਾ ਦੂਜੇ ਪੇਜ 'ਤੇ ਜਦ ਵੀ ਕੈਨੇਡਾ ਦੀ ਰਿਫਿਊਜ਼ਲ, ਸਾਰੇ ਲੋਕ ਫਸਟ ਪੇਜ ਪੜ੍ਹਦੇ ਨੇ, ਬਿਲਕੁਲ ਉੱਥੇ ਲਿਖਿਆ ਤੁਹਾਡਾ ਪਰਪਸ ਆਫ ਵਿਜ਼ਿਟ ਕਲੀਅਰ ਨਹੀਂ, ਫਾਈਨੈਂਸ਼ੀਅਲ 'ਚ ਸਾਨੂੰ ਪ੍ਰੋਬਲਮ ਹੈ ਅਤੇ ਤੁਸੀਂ ਵਾਪਸ ਨਹੀਂ ਆਉਣਾ। ਅੱਗੇ ਵਾਲਾ ਪੇਜ ਕਦੇ ਵੀ ਨਾ ਕਲਾਇੰਟ ਖੋਲ ਰਿਹਾ ਨਾ ਏਜੰਟ ਖੋਲ ਰਿਹਾ, ਜਿੱਥੇ ਕਿ ਸਾਫ਼ ਲਿਖਿਆ ਇਮੀਗ੍ਰੇਸ਼ਨ ਆਫਿਸਰ ਵੱਲੋਂ ਕਿ ਇਹ ਫਾਈਲ ਜੇ ਤਾਂ ਤੁਹਾਡੇ ਕੋਲ, ਜਿਹੜੇ ਅਸੀਂ ਕੰਸਰਨ, ਜਿਹੜੇ ਸਾਨੂੰ ਪ੍ਰੋਬਲਮ ਹੈ ਤੁਹਾਡੀ ਫਾਈਲ 'ਚ, ਜੇ ਉਹ ਕੰਸਰਨ ਤੁਸੀਂ ਸ਼ੋ ਕਰ ਸਕਦੇ ਹੋ, ਫਾਈਲ ਦੇ ਵਿੱਚ ਨਵੇਂ ਡਾਕੂਮੈਂਟ ਲਾ ਸਕਦੇ ਹੋ ਜਿੱਥੇ ਮੈਂ ਡਾਊਟ ਕਲੀਅਰ ਕੀਤਾ, ਜਿਵੇਂ ਫਾਈਨੈਂਸ਼ੀਅਲਸ ਦਾ ਹੁਣੇ ਆਪਾਂ ਦੱਸਿਆ, ਬਿਲਕੁਲ ਨੈਕਸਟ ਫਾਈਲ ਲਾਣੀ ਉਹ ਫਾਈਨੈਂਸ਼ੀਅਲਸ ਨੂੰ ਕਲੀਅਰ ਕਰੋ ਕਿੱਧਰੋਂ ਲਿਆਇਆ ਮੈਂ ਫੰਡ। ਜੇ ਤੁਸੀਂ ਨਵੀਂ ਫਾਈਲ ਨਵੇਂ ਤਰੀਕੇ ਨਾਲ ਲਾ ਸਕਦੇ ਹੋ ਤਾਂ ਲਾਓ, ਅਦਰਵਾਈਜ਼ ਰਿਫਿਊਜ਼ ਹੋਏਗਾ। ਇੱਕ ਕਲੀਅਰ ਕੱਟ ਤੁਹਾਡੇ ਰਿਫਿਊਜ਼ਲ ਲੈਟਰ 'ਤੇ ਸੈਕਿੰਡ ਪੇਜ 'ਤੇ ਲਿਖੀ ਹੈ। ਤਾਂ ਮੁੱਖ ਕਾਰਨ ਇਹੀ ਰਹਿੰਦਾ ਵੀ ਹਰੇਕ ਕੋਲੇ ਚੱਲ ਗਏ, ਹਰੇਕ ਕੋਲੇ ਚੱਲ ਗਏ, ਪੜ੍ਹਿਆ ਕੁਛ ਹੈ ਨਹੀਂ, ਜਿਵੇਂ ਤੁਸੀਂ ਕਿਹਾ ਨਾ ਤਾਂ ਏਜੰਟ ਨੇ ਪੜ੍ਹਿਆ ਨਾ ਕਲਾਇੰਟ ਨੇ ਪੜ੍ਹਿਆ। ਏਜੰਟ ਵੀ ਕਹਿੰਦਾ, ਕਲਾਇੰਟ ਵੀ ਸੋਚਦਾ, ਫੰਡ ਵੀ ਪੂਰੇ ਨੇ, ਬਿਜ਼ਨਸ ਦੇ ਵੀ ਡਾਕੂਮੈਂਟ ਵੀ ਨੇ, ਸ਼ਾਇਦ ਇਹਨਾਂ ਤੋਂ ਗਲਤੀ ਹੋਏਗੀ, ਸ਼ਾਇਦ ਆਫਿਸਰ ਨੇ ਅਣਦੇਖੀ ਕਰਕੇ ਵੀਜ਼ਾ ਰਿਫਿਊਜ਼ ਕਰ ਦਿਆ, ਪਰ ਇੱਦਾਂ ਦਾ ਕੁਛ ਨਹੀਂ ਹੁੰਦਾ। ਤੁਸੀਂ ਆਪਣੀ ਰਿਫਿਊਜ਼ਲ ਪੜ੍ਹੋ, ਸੈਕਿੰਡ ਪੇਜ 'ਤੇ ਲਿਖਿਆ ਵੀ ਜਿਹੜੀ ਪ੍ਰੋਬਲਮ ਹੈ ਜਾਂ ਤਾਂ ਨਵੇਂ ਡਾਕੂਮੈਂਟ ਨਾਲ ਲਾਓ, ਕੀ ਪ੍ਰੋਬਲਮ ਹੈ ਉਸ 'ਤੇ ਜਸਟੀਫਿਕੇਸ਼ਨ ਦਿਓ ਆਫਿਸਰ ਨੂੰ ਕਿ ਤੁਸੀਂ, ਹੋ ਸਕਦਾ ਕਈ ਵਾਰ ਇੱਦਾਂ ਵੀ ਹੁੰਦਾ ਆਫਿਸਰ ਨਹੀਂ ਵੀ ਦੇਖਦੇ, ਉਹਨਾਂ ਨੂੰ ਤੁਸੀਂ ਆਪਣੀ ਜਸਟੀਫਿਕੇਸ਼ਨ ਰਾਹੀਂ ਐਕਸਪਲੇਨ ਕਰੋ ਤੁਸੀਂ ਫਾਈਨੈਂਸ਼ੀਅਲ 'ਤੇ ਲਾਇਆ,
ਫਾਈਨੈਂਸ਼ੀਅਲ ਮੈਂ ਇਧਰੋਂ ਇਧਰੋਂ ਫੰਡ ਲਿੱਤੇ ਸੀ, ਠੀਕ ਹੈ, ਮੇਰੀ ਬੈਂਕ ਦੀ ਸਟੇਟਮੈਂਟ ਨਾਲ ਲੱਗੀ ਹੈ, ਮੇਰੀ ਆਹ ਐਂਟਰੀ ਸੀ, ਉਹਨੂੰ ਇੱਕ ਇੱਕ ਐਂਟਰੀ ਨੂੰ ਐਕਸਪਲੇਨ ਕਰੋ। ਸੈਕਿੰਡ, ਥਰਡ, ਹੁਣ ਸੈਵਨਥ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ, ਇਹ ਵੀ ਕਿਸੇ ਦੀ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਦੇਖ ਕੇ ਮੇਰੇ ਕੋਲ ਆਏ ਨੇ ਜੀ, ਤੇ ਹੁਣ ਆਪਾਂ ਲਾ ਰਹੇ ਹਾਂ, ਹੋਪਫੁਲੀ ਉਹਨਾਂ ਦਾ ਵੀ ਵੀਜ਼ਾ ਕੱਢ ਕੇ ਆਪਾਂ ਲਗਾਵਾਂਗੇ। ਅੱਛਾ, ਕੈਨੇਡਾ ਦੀ ਜਿਵੇਂ ਹੁਣ ਕੀ ਕਹਿੰਦੇ ਅਪੀਲ ਲਾ ਦਿੰਦੇ ਆ, ਅਪੀਲ ਦਾ ਵੀ ਫਿਰ ਰਿਫਿਊਜ਼ਲ ਆ ਜਾਂਦਾ ਹੈ? ਕੈਨੇਡਾ ਦੀ ਅਪੀਲ ਦਾ ਕੋਈ ਵੀ ਸਕਸੈਸ ਰੇਟ ਨਹੀਂ ਹੈਗਾ। ਮੈਂ ਨਹੀਂ ਕਿਸੇ ਨੂੰ ਰੈਕਮੈਂਡ ਕਰਾਂਗੀ ਪੈਸੇ ਖਰਾਬ ਕਰੋ। ਕੈਨੇਡਾ ਦੇ ਵਿੱਚ ਤੁਸੀਂ ਰੀਫਾਈਲ ਕਰੋ, ਜਸਟੀਫਿਕੇਸ਼ਨ ਦੇ ਨਾਲ ਤੁਹਾਡਾ ਵੀਜ਼ਾ ਆ ਜਾਂਦਾ। ਬਸ ਤੁਸੀਂ ਇਹ ਧਿਆਨ ਕਰਨਾ, ਬੈਂਕ ਬਿਜ਼ਨਸ ਅਤੇ ਪ੍ਰੋਪਰਟੀ ਇੱਕ ਫੋਰਥ ਰੀਜ਼ਨ ਤੁਹਾਡਾ ਪਰਪਸ ਕਲੀਅਰ ਹੋਣਾ ਚਾਹੀਦਾ। ਬਟ ਯੈਸ, ਅਪੀਲ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਰੇਟ ਹੈ ਇਹਦਾ। ਜੇ ਕਿਸੇ ਵੀ ਕਲਾਇੰਟ ਦੀ ਵਿਦਿਨ 6 ਮੰਥਸ ਰਿਫਿਊਜ਼ਲ ਹੈ, ਉਹ 100% ਥਰੂ ਲਾਇਰ ਜੇ ਅਪੀਲ ਕਰਦਾ, ਵਿਦਿਨ 2 to 3 ਮੰਥਸ ਉਹਨੂੰ ਵੀਜ਼ਾ ਮਿਲ ਸਕਦਾ। ਕਾਰਨ ਇਹ ਹੈ ਕਿ ਦੇਖੋ, ਜੇ ਆਪਾਂ ਲਗਾਈਏ ਉਹਦੇ ਵਿੱਚ, ਜੇ ਆਪਾਂ ਨੋਰਮਲ ਤਰੀਕੇ ਨਾਲ ਅਪੀਲ ਕਰਦੇ ਹਾਂ, ਜੇ ਉੱਥੇ ਆਪਾਂ ਲਾਇਰ ਦੇ ਥਰੂ ਕਰਦੇ ਹਾਂ, ਉਹਨੇ ਆਪਣੇ ਸਾਰੇ ਐਕਸਪਲੇਨ ਕਰਨਾ ਆਫਿਸਰ ਨੂੰ, ਤੁਹਾਡੇ ਰੀਜ਼ਨਸ ਐਕਸਪਲੇਨ ਕਰਨੇ ਨੇ, ਤੁਹਾਡੇ ਕੋਲ ਬੈਂਕ ਬੈਲੈਂਸ ਹੈ ਉਹਨੂੰ ਐਕਸਪਲੇਨ ਕਰਨਾ। ਕੈਨੇਡਾ ਦੇ ਵਿੱਚ ਅਪੀਲ ਦਾ ਕੋਈ ਸਕਸੈਸ ਰੇਟ ਨਹੀਂ ਹੈ। ਯੂਕੇ ਦੇ ਵਿੱਚ ਸ਼ੋਰਟ ਵੀਜ਼ਾ ਹੈ, ਜੇ ਆਫਟਰ 2 to 3 ਮੰਥਸ ਆਪਾਂ ਥਰੂ ਲਾਇਰਸ ਕਰਦੇ ਹਾਂ ਤਾਂ ਫਿਰ ਹੋ ਸਕਦਾ ਫਿਰ ਕਲੀਅਰ ਹੁੰਦਾ ਹੈ। ਬਿਲਕੁਲ ਅਸੀਂ ਵੀ ਕਰਵਾਉਂਦੇ ਹਾਂ, ਬਿਕੋਜ਼ ਅਸੀਂ ਸਾਰਾ ਹੀ ਜੋ ਵੀ ਕਿਸੇ ਦਾ ਰਿਫਿਊਜ਼ ਹੋਇਆ ਵਿਦਇਨ 6 ਮੰਥਸ, ਆਫਟਰ 6 ਮੰਥਸ ਨਹੀਂ, ਵਿਦਇਨ 6 ਮੰਥਸ ਜੇ ਕਿਸੇ ਦੀ ਵਿਜ਼ਿਟਰ ਵੀਜ਼ਾ, ਸਟੂਡੈਂਟ ਵੀਜ਼ਾ ਜਾਂ ਫਿਰ ਕਿਸੇ ਦਾ ਬੈਨ ਲੱਗ ਗਿਆ, ਉਹ ਅਪੀਲ ਦੇ ਰਾਹੀਂ ਆਪਣਾ ਵੀਜ਼ਾ ਲੈ ਸਕਦਾ, ਔਰ ਪੇਮੈਂਟ ਸਾਰੀ ਲਾਇਰ ਨੂੰ ਆਪਾਂ ਵੀਜ਼ਾ ਤੋਂ ਬਾਅਦ ਹੀ ਦੇਣੀ ਹੁੰਦੀ ਹੈ। ਤੁਸੀਂ ਗੱਲ ਕਰੀਏ ਕਿ 7 ਰਿਫਿਊਜ਼ਲ ਤੋਂ ਬਾਅਦ ਜਿਹੜਾ ਵੀਜ਼ਾ ਅਸੀਂ ਅਪਲਾਈ ਕੀਤਾ, ਠੀਕ ਹੈ, ਬੜੇ ਬੈਠੇ ਨੇ ਜਿਹੜੇ ਕਹਿੰਦੇ ਨੇ ਕਿ ਰਿਫਿਊਜ਼ਲ ਕਿੰਗ ਆ, ਅਸੀਂ ਰਿਫਿਊਜ਼ਲ ਕਿੰਗ ਆ, ਉਹਨਾਂ ਤੋਂ ਡਿਫਰੈਂਟ ਫਿਰ ਤੁਸੀਂ ਕੀ ਦਿੰਦੇ ਹੋ? ਵੱਖਰਾ ਅਸੀਂ ਇਹ ਦਿੰਦੇ ਹਾਂ, ਜਿਹੜਾ ਵੀ ਕਲਾਇੰਟ ਆ ਉਹਨੂੰ ਇੰਨਾ ਕੁ ਐਜੂਕੇਟ ਕਰ ਦਿੰਦੇ ਹਾਂ ਜੀ, ਉਹਨੂੰ ਆਪ ਨੂੰ ਪਤਾ ਲੱਗਦਾ ਫਾਈਲ ਦੇਖ ਕੇ ਕਿ ਮੇਰੀ ਗਲਤੀ ਕਿੱਥੇ ਸੀ। ਆਪਾਂ ਉਹਨੂੰ ਦਿਖਾਉਂਦੇ ਹਾਂ, ਕਈ ਜਿਹੜੇ ਕਲਾਇੰਟ ਨੇ ਰਿਫਿਊਜ਼ਲ ਤੋਂ ਰਿਫਿਊਜ਼ਲ ਲਗਵਾ ਰਹੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਉਹਨਾਂ ਨੇ ਫਾਈਲ 'ਚ ਲੱਗਿਆ ਕੀ, ਕਿਉਂਕਿ ਉਹਨਾਂ ਨੇ 20,000 ਦੀ ਲਾਲਚ 'ਚ ਫਾਈਲ ਦੇ ਤੀ। ਬਿਲਕੁਲ, ਹੁਣ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਦੀ ਫਾਈਲ ਤੱਕ ਵੀ ਅਸੀਂ ਕਢਾਉਂਦੇ ਹਾਂ ਪਹਿਲਾਂ, ਜੇ ਆਪਾਂ ਨੂੰ ਬਿਮਾਰੀ ਨਹੀਂ ਪਤਾ ਲੱਗੇਗੀ ਬਿਲਕੁਲ ਆਪਾਂ ਕਿਵੇਂ ਉਹਨੂੰ ਇਲਾਜ ਕਰਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਨੇ ਪੁਰਾਣੀ ਫਾਈਲ 'ਚ ਕੀ ਲਾਇਆ ਸੀ। ਹੁਣ ਇੱਥੇ ਮੰਨ ਲਓ ਇੱਕ ਰਿਫਿਊਜ਼ਲ 'ਚ ਆ ਗਿਆ ਵੀ ਤੁਸੀਂ ਵਾਪਸ ਨਹੀਂ ਆਉਣਾ, ਜਾਂ ਫਿਰ ਤੁਹਾਡੇ ਕੋਲ ਬੈਂਕ ਬੈਲੈਂਸ ਨਹੀਂ ਹੈ, ਜਾਂ ਫਿਰ ਤੁਹਾਡਾ ਬਿਜ਼ਨਸ ਇੱਦਾਂ ਦਾ ਨਹੀਂ ਹੈ ਕਿ ਤੁਸੀਂ ਸਟੇਬਲ ਬਿਜ਼ਨਸ ਨਹੀਂ ਹੈ, ਤੁਸੀਂ ਵਾਪਸ ਆ ਸਕਦੇ ਹੋ। ਹੁਣ ਮੈਨੂੰ ਪਤਾ ਹੀ ਨਹੀਂ ਉਹਨੇ ਬਿਜ਼ਨਸ ਚਲਾਇਆ ਕੀ ਹੈ, ਅੱਜ ਤੁਹਾਡੇ ਕੋਲ ਆ ਗਿਆ, ਪਰਸੋਂ ਉਹਦੇ ਕੋਲ ਚਲਾ ਗਿਆ, ਫਿਰ ਮੇਰੇ ਕੋਲ ਆ ਗਿਆ। ਮੈਂ ਤਦ ਤੱਕ ਫਾਈਲ ਨਹੀਂ ਫੜਦੀ ਜਦ ਤੱਕ ਮੈਨੂੰ ਕੌਨਫੀਡੈਂਸ ਨਹੀਂ ਹੋਵੇ ਮੈਂ ਇਹਦਾ ਵੀਜ਼ਾ ਕਢਾ ਲਾਂਗੀ। ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਪੂਰੀ ਫਾਈਲ ਕਢਵਾਉਂਦੀ ਹਾਂ, ਕੋਈ ਚਾਰਜ ਨਹੀਂ ਲੈਂਦੇ ਉਸ ਫਾਈਲ ਕਢਾਉਣ ਦਾ। ਜੇ ਬੰਦਾ ਸਾਡੇ ਕੋਲ ਫਾਈਲ ਲਗਾ ਰਿਹਾ, ਉਸ ਫਾਈਲ ਨੂੰ ਕਢਾ ਕੇ ਕਲਾਇੰਟ ਨੂੰ ਆਪ ਪਤਾ ਹੁੰਦਾ ਮੇਰੀ ਗਲਤੀ ਕਿੱਥੇ ਹੋਈ ਹੈ, ਹੁਣ ਮੇਰਾ ਵੀਜ਼ਾ ਆਏਗਾ। ਉਹ ਮੈਂ ਨਹੀਂ ਕਹਿੰਦੀ, ਉਹ ਆਪ ਕਹਿੰਦਾ ਮੇਰਾ ਵੀਜ਼ਾ ਹੋਏਗਾ। ਇਹ ਡਿਫਰੈਂਸ ਆ। ਇਹ ਜਿਹੜਾ ਤੁਸੀਂ ਦੂਸਰਿਆਂ ਦੇ ਨਾਲੋਂ ਵੱਖਰਾ ਕਰਦੇ ਹੋ? ਬਿਲਕੁਲ, ਇਹ ਵੱਖਰਾ ਕਰਦੇ ਆਪਾਂ। ਅੱਛਾ, ਜਿਵੇਂ ਆਪਾਂ ਵਿਜ਼ਿਟਰ ਦੀ ਗੱਲ ਕਰੀਏ ਕਿ ਵਿਜ਼ਿਟਰ ਦੇ ਵਿੱਚ ਕਿੰਨੇ ਪੁਰਾਣੇ ਜਿਹੜੇ ਫੰਡ ਆ, ਵੀ ਜੈਨੂਨ ਹੋਣੇ ਚਾਹੀਦੇ, ਖਾਸ ਕਰ ਜੈਨੂਨ ਹੋਣੇ ਚਾਹੀਦੇ। ਜੇ ਆਪਾਂ ਸਟੱਡੀ ਲਾਉਣੇ ਆ, ਸੇਮ ਚੀਜ਼ ਆ, ਸਭ ਕੁਝ ਜੈਨੂਨ ਹੋਣਾ ਚਾਹੀਦਾ? ਬਿਲਕੁਲ, ਸਟੱਡੀ ਦੇ ਵਿੱਚ 20 ਜੈਨੂਇਨ ਫੰਡਸ ਤੁਸੀਂ ਲਗਾਓਗੇ ਤਾਂ ਹੀ ਵੀਜ਼ਾ ਆਏਗਾ। ਹੁਣ ਕਈ ਵਾਰ ਤੁਸੀਂ ਦੇਖਦੇ ਹੋ ਏਜੰਟ ਨੇ ਫੰਡ ਲਗਵਾ, ਮੇਰੇ ਕੋਲ ਕਲਾਇੰਟ ਦਾ ਕੀ ਹੈ, 90% ਇੱਥੇ ਕਲਾਇੰਟ ਆ ਕੇ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਹੈਗੇ। ਬਿਲਕੁਲ, ਮੈਂ ਕੋਸ਼ਿਸ਼ ਔਰ ਮੈਂ ਰਿਕੁਐਸਟ ਕਰਾਂਗੀ ਸਟੂਡੈਂਟਸ ਨੂੰ ਕਿ ਤੁਸੀਂ ਫੰਡ ਐਟਲੀਸਟ ਆਪਣੇ ਆਪ ਕਰੋ। ਹਾਂ, ਤੁਸੀਂ ਬਹੁਤ ਇੱਥੇ ਫਾਈਨੈਂਸ਼ੀਅਲ ਸਰਵਿਸਿਜ਼ ਹੈਗੀਆਂ, ਤੁਸੀਂ ਉਹਨਾਂ ਦੀ ਹੈਲਪ ਲਓ, ਲੇਕਿਨ ਆਪ ਜਾ ਕੇ ਕਰੋ।
ਫੰਡ ਤੁਹਾਨੂੰ ਪਤਾ ਹੋਵੇ ਤੁਹਾਡਾ ਕਿਹੜਾ ਬੈਂਕ ਅਕਾਊਂਟ ਖੁੱਲਿਆ, ਉਹਦੇ ਵਿੱਚ ਫੰਡ ਹੈਗੇ ਜਾਂ ਨਹੀਂ ਹੈਗੇ, ਕਿਵੇਂ ਤੁਹਾਡੇ ਫੰਡ ਸ਼ੋਅ ਹੋਏ ਨੇ, ਕਿਵੇਂ ਤੁਹਾਡੀ ਉਹ ਜਸਟੀਫਾਈ ਕਰ ਰਹੇ ਨੇ ਫਾਈਲ ਨੂੰ, ਉਹ ਕਰਨਾ ਬਹੁਤ ਜ਼ਰੂਰੀ ਹੈ। ਪਰ ਇੱਥੇ ਤਾਂ ਇਹ ਵੀ ਕਿਹਾ ਜਾਂਦਾ ਕਿ ਜੇਕਰ ਤੁਹਾਡੇ ਕੋਲ, ਤੁਸੀਂ ਤਾਂ ਫੰਡ ਦੀ ਗੱਲ ਕਰੀਏ, ਕਹਿੰਦੇ ਕਿ ਜੇਕਰ ਤੁਹਾਡੇ ਕੋਲ ਸਰਟੀਫਿਕੇਟ ਵੀ ਹੈ ਨਹੀਂ ਕਿਸੇ, ਚਾਹੇ ਡਿਗਰੀ ਦੇ ਸਰਟੀਫਿਕੇਟ ਨਹੀਂ, ਡਿਪਲੋਮੇ ਦੇ ਸਰਟੀਫਿਕੇਟ ਨਹੀਂ ਹੈਗੇ, ਉਹ ਵੀ ਦਿਖਾ ਕੇ ਤੁਸੀਂ ਵਿਦੇਸ਼ ਦੇ ਰਾਹ ਜਿਹੜਾ ਹੈਗਾ ਉਹ ਸੌਖਾ ਹੋ ਜਾਂਦਾ, ਵਿਦੇਸ਼ ਜਾ ਸਕਦੇ? ਜਾਣਾ ਤਾਂ ਸੌਖਾ ਹੋ ਜਾਂਦਾ, ਉੱਥੇ ਰਹਿਣਾ ਔਰ ਪੱਕੇ ਹੋਣਾ ਬਹੁਤ ਔਖਾ। ਫਿਰ ਤੁਸੀਂ ਹੁਣੇ ਸਟੂਡੈਂਟਸ ਦੀ ਗੱਲ ਸੁਣੀ ਹੋਣੀ, 700-800 ਸਟੂਡੈਂਟ ਨਾਲ ਹੋਇਆ ਸੀ, ਉਹ ਚਲੇ ਗਏ, ਪਹੁੰਚ ਗਏ, ਵੀਜ਼ਾ ਵੀ ਲੱਗ ਗਿਆ, ਜਦ PR ਔਰ ਵਰਕ ਪਰਮਿਟ ਲੈਣ ਲੱਗੇ, ਤੁਹਾਨੂੰ ਪਤਾ ਹੀ ਹੋਣਾ ਕਾਫੀ ਬੱਚੇ ਉਧਰੋਂ ਡਿਪੋਰਟ ਹੋਏ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੀ ਫਾਈਲ 'ਚ ਫੇਕ ਡਾਕੂਮੈਂਟ ਲੱਗੇ। ਉਸ ਚੀਜ਼ਾਂ ਨੂੰ ਅਸੀਂ ਨਹੀਂ ਰੈਕਮੈਂਡ ਕਰਦੇ। ਉੱਥੇ ਮੈਂ ਸਟੂਡੈਂਟ ਨੂੰ ਆਪ ਕਹਾਂਗੀ, ਉਹ ਇੰਨਾ ਜ਼ਿੰਮੇਵਾਰ ਹੈ, ਉਹਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਓਰਿਜਿਨਲ, ਅੱਜ ਨਹੀਂ ਤਾਂ ਕੱਲ੍ਹ ਉਹਨੇ ਫੜਿਆ ਜਾਣਾ। ਅਸੀਂ ਵੀ ਰਿਕੁਐਸਟ ਕਰਾਂਗੇ ਆਪਣੇ ਓਰਿਜਿਨਲ ਡਾਕੂਮੈਂਟ, ਆਪਣੀ ਡਿਗਰੀ ਦੇ ਬੇਸ 'ਤੇ ਹੀ ਜਾਓ, ਡਾਕੂਮੈਂਟ ਦੇਖੋ ਕਿਹੜੇ ਫਾਈਲ 'ਚ ਲੱਗ ਰਹੇ ਨੇ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਸਵਾਲ ਹੈ, ਇੱਥੋਂ ਸਾਰਾ ਕੁਛ ਤੁਸੀਂ ਦਾਅ 'ਤੇ ਲਗਾ ਕੇ ਜਾਂਦੇ ਹੋ, ਮਾਪਿਆਂ ਦਾ ਪੈਸਾ ਵੀ, ਆਪਣੀ ਲਾਈਫ ਵੀ, ਆਪਣਾ ਫਿਊਚਰ ਵੀ। ਜੇ ਇੱਦਾਂ ਦੀ ਗਲਤੀ ਕਿਤੇ ਹੋ ਜਾਂਦੀ ਹੈ, ਤੁਹਾਡੇ ਉੱਥੇ 4-5 ਸਾਲ ਲੱਗੇ ਸਾਰੇ ਬਰਬਾਦ, ਤੁਸੀਂ ਵਾਪਸ ਡਿਪੋਰਟ ਹੋ ਕੇ ਆਉਣਾ, ਅਤੇ ਅਸੀਂ ਇਹੀ ਰਿਕੁਐਸਟ ਕਰਾਂਗੇ ਉਹ ਚੀਜ਼ਾਂ 'ਚ ਨਾ ਬਹੁਤ ਤਾਂ ਹੀ ਵਧੀਆ। ਭਾਵ ਜਿਵੇਂ ਆਪਾਂ ਕਹਿੰਦੇ ਵੀ ਇੱਥੋਂ ਅੱਖੀਂ ਘੱਟਾ ਪਾ ਕੇ 11 ਵੀਜ਼ਾ ਤੁਹਾਡਾ ਲੱਗ ਗਿਆ, ਤੁਸੀਂ ਪਹੁੰਚ ਵੀ ਗਏ ਉੱਥੇ, 5-4 ਸਾਲ ਕੰਮ ਵੀ ਕਰ ਲਿਆ, ਪਰ ਜਦੋਂ ਪੱਕਿਆਂ ਹੋਣਾ ਆ, ਤੁਹਾਨੂੰ ਸਹੂਲਤਾਂ ਜਿਹੜੀਆਂ ਮਿਲਣੀਆਂ ਨੇ, ਤਾਂ ਉਸ ਵੇਲੇ ਹੋ ਸਕਦਾ ਕਿ ਵਾਪਸੀ ਆਪਣੇ ਵਤਨ ਵੱਲ ਹੋ ਜੇ। ਬਿਲਕੁਲ ਇੱਦਾਂ ਹੀ ਹੁੰਦਾ, ਹੁਣ 700-800 ਸਟੂਡੈਂਟਸ ਨਾਲ ਇਹੀ ਹੋਇਆ, ਵਿਚਾਰਿਆਂ ਨੇ ਆਪਣੀ ਫੀਸਾਂ ਵੀ ਭਰਤੀਆਂ, ਉੱਥੇ ਰਹੇ ਵੀ ਸਹੀ, ਜੌਬ ਵੀ ਕੀਤੀਆਂ, ਜਦ PR ਦਾ ਟਾਈਮ ਆਇਆ ਤੇ ਫਿਰ ਉਹਨਾਂ ਦੇ ਹੱਥ ਖਾਲੀ ਦੇ ਖਾਲੀ, ਕੁਛ ਨਹੀਂ ਕਰ ਸਕੇ, ਵਾਪਸ ਹੀ ਆਉਣਾ, ਹੋਰ ਕੁਛ ਨਹੀਂ। ਨਾ ਹੀ ਉੱਧਰੋਂ ਵਾਪਸ ਆਇਆ, ਡਿਪੋਰਟ ਹੋਇਆ, ਬੱਚਾ ਕਿਸੇ ਹੋਰ ਕੰਟਰੀ ਜਾ ਸਕਦਾ। ਬਿਲਕੁਲ, ਤਾਂ ਅਸੀਂ ਇਹੀ ਕੋਸ਼ਿਸ਼ ਕਰਾਂਗੇ, ਇਹੀ ਰਿਕੁਐਸਟ ਕਰਾਂਗੇ ਤੁਹਾਡੇ ਰਾਹੀਂ ਕਿ ਕੋਈ ਵੀ ਸਟੂਡੈਂਟ ਹੈ, ਆਪਣੀ ਫਾਈਲ ਦਾ ਆਪ ਜ਼ਿੰਮੇਵਾਰੀ ਲੈ ਕੇ, ਕਿਉਂਕਿ ਇੰਨਾ ਐਜੂਕੇਟਡ ਹੈ ਆਪਣੇ ਪੰਜਾਬ ਦਾ ਬੱਚਾ, ਕਿ ਉਹ ਆਪਣੀ ਫਾਈਲ ਦੇਖੇ, ਉਹਦੀ ਫਾਈਲ 'ਚ ਕੀ ਕੀ ਲੱਗਿਆ, ਤਾਂ ਜੋ ਉਹਨਾਂ ਨੂੰ ਅੱਗੇ ਪ੍ਰੋਬਲਮ ਨਾ ਆਵੇ, ਕਿਸੇ ਵੀ ਚੀਜ਼ ਨੂੰ ਫੇਸ ਨਾ ਕਰਨਾ ਪਵੇ। ਜਿਵੇਂ ਤੁਸੀਂ ਕਿਹਾ ਕਿ ਵਾਪਸ ਆਇਆ ਬੱਚਾ, ਕਿਸੇ ਕਿਧਰੇ ਕੰਮ ਦਾ ਨਹੀਂ, ਕਿਧਰੇ ਨਹੀਂ ਜਾ ਸਕਦਾ, ਕਿਧਰੇ ਨਹੀਂ ਜਾ ਸਕਦਾ, UK ਦਾ ਬੈਨ ਜੇਕਰ ਲੱਗ ਜਾਂਦਾ ਹੈ ਕਿ ਭਾਈ UK ਦਾ ਬੈਨ ਤੁਹਾਡੇ 'ਤੇ ਲੱਗੇ, ਫਿਰ ਉਹਦੇ ਲਈ ਸਲਿਊਸ਼ਨ ਰਾਹ ਕੀ ਹੈ? ਜੇ UK ਦਾ ਕੋਈ ਵੀ ਬੈਨ ਲੱਗ ਗਿਆ, ਇੱਕ ਤਾਂ ਅਪੀਲ ਹੈ, ਤੁਸੀਂ ਜਾਣਾ ਜਾਂ ਨਾ ਜਾਣਾ ਇੱਕ ਵੱਖਰੀ ਗੱਲ ਹੈ। ਜੇ ਕੋਈ ਬੈਨ ਲੱਗਿਆ, ਤੁਸੀਂ ਉਹਨੂੰ 100% ਹਟਾ ਸਕਦੇ ਹੋ, ਜੇ ਤੁਸੀਂ ਸੋਚਦੇ ਉਹਦੇ 'ਚ ਤੁਹਾਡਾ ਕੋਈ ਵੀ ਕਸੂਰ ਨਹੀਂ। ਕਈ ਵਾਰ ਇੱਦਾਂ ਦਾ ਵੀ ਹੋ ਜਾਂਦਾ ਕਿ ਉੱਥੇ ਇਨਫੋਰਮੇਸ਼ਨ ਅੰਬੈਸੀ ਨੇ ਲਿੱਤੀ, ਜਾਂ ਫੰਡਸ ਬੈਂਕ 'ਚ ਕਾਲ ਕੀਤੀ, ਫਾਈਨੈਂਸ਼ੀਅਲ ਇੰਸਟੀਟਿਊਟ ਕਾਲ ਕੀਤੀ, ਨਹੀਂ ਚੱਕੀ ਗਈ। ਹੋ ਸਕਦਾ ਉਸ ਚੀਜ਼ 'ਤੇ ਵੀ UK ਸਭ ਤੋਂ ਜ਼ਿਆਦਾ ਬੈਨ ਉਸ 'ਤੇ ਲਗਾਉਂਦਾ। ਇੱਕ ਤਾਂ ਹੈ, ਤੁਸੀਂ ਅਪੀਲ ਦੇ ਰਾਹੀਂ ਉਹ ਬੈਨ ਹਟਾ ਸਕਦੇ ਹੋ, ਕਿਉਂਕਿ ਜੇ ਬੈਨ ਲੱਗ ਗਿਆ ਤੁਹਾਡੇ ਹਰ ਕੰਟਰੀ ਵਾਸਤੇ ਰਾਹ ਬੰਦ ਹੋ ਗਏ, ਕਿਉਂਕਿ ਇੱਕ ਕੰਟਰੀ ਨੇ ਤੁਹਾਨੂੰ ਬੈਨ ਕਰਤਾ, ਰਿਫਿਊਜ਼ ਨਹੀਂ ਕੀਤਾ। ਤਾਂ ਤੁਸੀਂ ਕੋਸ਼ਿਸ਼ ਕਰੋ, ਇਹ ਤਾਂ ਇੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਡਾਕੂਮੈਂਟ ਕੀ ਲੱਗੇ, ਅਦਰਵਾਈਜ਼ ਆਪਣੇ ਕੋਲ ਸੋਲਿਊਸ਼ਨ ਹੈ ਕਿ ਆਪਾਂ ਉਹਨੂੰ ਅਪੀਲ ਦੇ ਵਿੱਚ ਉਹਦਾ ਬੈਨ ਹਟਵਾ ਸਕਦਾ। ਅੱਛਾ, ਇੱਕ ਚੀਜ਼ ਹੋਰ ਆ, ਹਾਲਾਂਕਿ ਮੈਂ ਹਰ ਏਜੰਟ ਦੇ ਨਾਲ ਇਹ ਗੱਲ ਕਰਦਾ, ਪੁੱਛਦਾ ਜ਼ਰੂਰ ਹੁੰਦਾ ਆਫ ਦੀ ਰੈਕਡ ਜਾਂ ਔਨ ਦੀ ਰੈਕਡ, ਕਿ ਕਿਉਂਕਿ ਪੰਜਾਬੀ ਇੱਧਰੋਂ ਜਾਂਦਾ ਕੰਮ ਕਰਨ ਦੇ ਲਈ, ਵਿਦੇਸ਼ ਦੇ ਵਿੱਚ ਕੰਮ ਕਰਨ ਦਾ ਹਾਲ ਕੀ ਹੈ? ਜਿਹੜਾ ਬੱਚਾ ਕੰਮ ਕਰ ਸਕਦਾ ਉਹ ਇੰਡੀਆ 'ਚ ਵੀ ਕੰਮ ਕਰ ਸਕਦਾ, ਉਹ ਬਾਹਰਲੇ ਵਿਦੇਸ਼ਾਂ 'ਚ ਵੀ ਕੰਮ ਕਰ ਸਕਦਾ, ਬਾਹਰਲੀ ਕੰਟਰੀ 'ਚ ਵੀ ਕੰਮ ਕਰ ਸਕਦਾ। ਜਿਹੜਾ ਇੱਥੇ ਨਹੀਂ ਕੰਮ ਕਰ ਸਕਦਾ ਉਹ ਕਿਤੇ ਵੀ ਕੰਮ ਨਹੀਂ ਕਰ ਸਕਦਾ। ਹੁਣ ਅੱਜ ਕੱਲ੍ਹ ਆਪਾਂ ਇਹ ਸੋਚੀਏ ਕੈਨੇਡਾ ਕੰਮ ਨਹੀਂ, ਜਾਂ UK ਕੰਮ ਨਹੀਂ, ਜਾਂ ਆਸਟ੍ਰੇਲੀਆ ਕੰਮ ਨਹੀਂ, ਇੱਦਾਂ ਦਾ ਕੁਛ ਵੀ ਨਹੀਂ।
ਇੱਧਰ ਦਾ ਬੱਚਾ ਜਿਹੜਾ ਅੱਜ ਕੱਲ੍ਹ ਕੀ ਹੈ ਕਿ ਲੋਕਾਂ ਨੂੰ ਦੇਖ ਕੇ, ਵੀਡੀਓ ਦੇਖ ਕੇ ਜਾਂ ਫੋਟੋਆਂ ਦੇਖ ਕੇ ਪਹੁੰਚਦਾ ਜਾਂਦਾ ਹੀ ਹੈ ਸੋਸ਼ਲ ਮੀਡੀਆ ਤੋਂ ਦੇਖ ਕੇ, ਲੇਕਿਨ ਜਦ ਉਹਨੂੰ ਸੱਚਾਈ ਪਤਾ ਚੱਲਦੀ ਹੈ, ਸਵੇਰੇ 5 ਵਜੇ ਉੱਠ ਕੇ ਸ਼ਿਫਟਾਂ ਲਾਣੀਆਂ, ਉਹ ਉਹਨੂੰ ਥੋੜੀਆਂ ਔਖੀਆਂ ਲੱਗਦੀਆਂ। ਅਦਰਵਾਈਜ਼ ਇੱਦਾਂ ਦਾ ਕੁਛ ਨਹੀਂ ਕਿ ਉੱਥੇ ਕੰਮ ਨਹੀਂ, ਕੰਮ ਬਹੁਤ ਹੈ ਜਿਹੜਾ ਬੱਚਾ ਕਰਨਾ ਚਾਹੇ ਤਾਂ, ਜਿਹੜਾ ਕਰਨਾ ਚਾਹੇ ਉਹਦੇ ਵਾਸਤੇ ਬਹੁਤ ਕੰਮ ਹੈ। ਅਸੀਂ ਆਪ ਉਧਰੋਂ ਪੜ੍ਹੇ ਹਾਂ, ਪੜ੍ਹ ਕੇ ਵਾਪਸ ਆ ਕੇ ਇੱਥੇ ਸੈਟਲ ਹੋਏ ਆ, ਠੀਕ ਹੈ, ਕੰਮ ਬਹੁਤ ਹੈ, ਬਹੁਤ ਕੰਮ, ਅਸੀਂ ਵੀ ਬਹੁਤ ਕੰਮ ਕੀਤਾ ਉਸ ਟਾਈਮ। ਪਰ ਉਹ ਕਿਹੜੇ ਨੇ ਜਿਹੜੇ ਕਹਿੰਦੇ, ਜਿਹਨੇ ਵਿਦੇਸ਼ਾਂ ਜਾਂਦੇ ਨੇ, ਵਿਦੇਸ਼ ਦੇ ਵਿੱਚੋਂ ਮੁੜ ਕੇ ਆ ਜਾਂਦੇ ਨੇ, ਕਹਿੰਦੇ ਨੇ ਕਿ ਲੱਭਣੀ ਨਹੀਂ ਮੌਜ ਪੰਜਾਬ ਵਰਗੀ? ਉਹ ਬਿਲਕੁਲ ਸਹੀ ਹੈ, ਪੰਜਾਬ ਵਰਗੀ ਮੌਜ ਕਿੱਥੇ ਵੀ ਨਹੀਂ ਆ। ਜਿਹੜੀਆਂ ਸ਼ਿਫਟਾਂ 5 ਵਜੇ ਸ਼ੁਰੂ ਹੁੰਦੀਆਂ, ਇੱਥੇ ਤੁਸੀਂ ਆਰਾਮ ਨਾਲ 10 ਵਜੇ ਜਾਂਦੇ ਹੋ। ਜਿਹੜੀ ਤੁਹਾਨੂੰ ਇੱਥੇ ਸਹੂਲਤਾਂ ਮਿਲ ਰਹੀਆਂ ਉਹ ਤੁਹਾਨੂੰ ਅਬਰੋਡ 'ਚ ਨਹੀਂ ਮਿਲਦੀਆਂ, ਸਿੱਧੀ ਜੀ ਗੱਲ ਹੈ। ਉੱਥੇ ਤੁਸੀਂ ਕੰਮ ਕਰਨਾ, ਤੁਸੀਂ ਸਟੱਡੀ ਕਰਨੀ ਹੈ, ਤੁਹਾਨੂੰ ਟਾਈਮ ਮੈਨੇਜਮੈਂਟ ਜਿਹੜੀ ਆ, ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਟਾਈਮ ਮੈਨੇਜਮੈਂਟ 'ਚ ਆਉਂਦੀ ਹੈ। ਅਤੇ ਜੇ ਮੇਰੇ ਕੋਲ ਤੁਸੀਂ ਪਰਸਨਲੀ ਪੁੱਛੋ ਤਾਂ ਮੈਂ ਇਹ ਕਹਿੰਦੀ ਹਾਂ ਵੀ ਪੜ੍ਹ ਕੇ ਇੱਕ ਆਪਣੀ ਜ਼ਿੰਦਗੀ ਸੈਟਲ ਕਰਨ ਤੋਂ ਬਾਅਦ ਵਾਪਸ ਪੰਜਾਬ ਆ ਕੇ ਹੀ ਸੈਟਲ ਹੋ, ਇਹ ਮੇਰਾ ਓਪੀਨੀਅਨ ਹੈ, ਮੇਰੇ ਵਾਸਤੇ ਤਾਂ ਇਹੀ ਹੈ। ਤਾਂ ਵਾਪਸ ਜਿਹੜਾ ਵਾਪਸ ਆ ਕੇ ਆਪਾਂ ਪੰਜਾਬ ਵੱਲ, ਆਪਾਂ ਪੰਜਾਬ ਵਾਸਤੇ ਕੁਛ ਕਰੀਏ, ਆਪਾਂ ਆਪਣੀ ਕੰਟਰੀ ਵਾਸਤੇ ਕੁਛ ਕਰੀਏ। ਜੇ ਆਪਾਂ ਕੁਛ ਸਿੱਖ ਕੇ ਆਏ ਹਾਂ ਤਾਂ ਆਪਾਂ ਇੱਧਰ ਆਪਣੇ ਕੰਟਰੀ ਦੇ ਲੋਕਾਂ ਨੂੰ ਸਰਵ ਕਰੀਏ। ਇਸ ਚੀਜ਼ 'ਚ ਕਿੰਨੀ ਸੱਚਾਈ ਹੈ? ਕਹਿੰਦੇ ਉੱਧਰ ਲੋਕਾਂ ਕੋਲ ਆਪਣੇ ਆਪ ਦੇ ਲਈ ਸਮਾਂ ਹੀ ਹੈ ਨਹੀਂ। ਬਿਲਕੁਲ ਵੀ ਨਹੀਂ ਹੈ, ਸਹੀ ਗੱਲ ਹੈ, ਬਿਲਕੁਲ ਬਿਲਕੁਲ ਸਹੀ ਗੱਲ ਹੈ। ਉੱਥੇ ਕਿਸੇ ਕੋਲ ਕਿਸੇ ਦੇ ਵਾਸਤੇ, ਪੇਰੈਂਟਸ ਕੋਲ ਬੱਚਿਆਂ ਵਾਸਤੇ ਨਹੀਂ, ਬੱਚਿਆਂ ਕੋਲ ਪੇਰੈਂਟਸ ਵਾਸਤੇ ਟਾਈਮ ਨਹੀਂ। ਸੰਡੇ ਮੀਟਿੰਗ ਫਿਕਸ ਕਰਦੇ ਨੇ, ਸੰਡੇ ਅਪਾਇੰਟਮੈਂਟ ਫਿਕਸ ਹੁੰਦੀ ਹੈ, ਪੇਰੈਂਟਸ ਦੇ ਨਾਲ ਅਪਾਇੰਟਮੈਂਟ ਫਿਕਸ ਹੁੰਦੀ ਹੈ, ਪੇਰੈਂਟਸ ਨਾਲ ਬੱਚੇ ਮਿਲਦੀ। ਬਿਲਕੁਲ ਬਿਲਕੁਲ, ਸੰਡੇ ਦਾ ਦਿਨ ਹੁੰਦਾ ਕਿ ਸੰਡੇ ਦਾ ਦਿਨ ਹੁੰਦਾ, ਉਹ ਵੀ ਇਹ ਹੁੰਦਾ ਕਿ ਜੇ ਪੇਰੈਂਟਸ ਨੇ ਸ਼ਾਪਿੰਗ ਨਹੀਂ ਕਰਨੀ ਜਾਂ ਬੱਚੇ ਦਾ ਕੋਈ ਹੋਰ ਪਲਾਨ ਨਹੀਂ, ਤਾਂ ਇੱਕ ਅਪਾਇੰਟਮੈਂਟ ਫਿਕਸ ਹੁੰਦੀ ਹੈ ਵੀ ਹਾਂ ਅੱਜ ਆਪਾਂ ਇਸ ਟਾਈਮ 'ਤੇ ਮਿਲਣਾ। ਇਹ ਬਹੁਤ ਵੱਡੀ ਪ੍ਰੋਬਲਮ ਹੈ ਉੱਥੇ ਦੀ। ਸਭ ਤੋਂ ਜ਼ਿਆਦਾ ਬੱਚਾ ਜਿਹੜਾ ਤੁਸੀਂ ਕਹਿ ਰਹੇ ਹੋ ਪੰਜਾਬ 'ਚ ਮੌਜ ਇਹੀ ਹੈ, ਉਹ ਸਵੇਰੇ ਸ਼ਾਮ ਮਾਪਿਆਂ ਕੋਲ ਬੈਠਾ, ਉੱਥੇ ਇੱਦਾਂ ਦਾ ਕੁਛ ਵੀ ਨਹੀਂ। ਉੱਥੇ ਯੂ ਹੈਵ ਟੂ ਟੇਕ ਦ ਅਪਾਇੰਟਮੈਂਟ, ਤੁਹਾਨੂੰ ਅਪਾਇੰਟਮੈਂਟ ਲੈਣੀ ਆਪਣੇ ਪੇਰੈਂਟਸ ਕੋਲ ਮਿਲਣ ਵਾਸਤੇ, ਜੇ ਆਪਦੇ ਮਾਪਿਆਂ ਨੂੰ ਮਿਲਣਾ ਤਾਂ ਵੀ ਯੂ ਹੈਵ ਟੂ ਟੇਕ ਐਨ ਅਪਾਇੰਟਮੈਂਟ। ਅੱਛਾ, ਪਰ ਇੱਕ ਚੀਜ਼ ਹੋਰ ਵੀ ਆ, ਜਿਵੇਂ ਹੁਣ ਜਿਹੜੇ ਕੋਲ ਇੱਥੇ ਬਹੁਤ ਥੋੜ੍ਹਾ ਸਰਮਾਇਆ ਆ, ਇੱਧਰ ਸਰਵਾਈਵ ਨਹੀਂ ਕਰ ਸਕਦਾ, 10-12 ਹਜ਼ਾਰ ਦੀ ਦੇ ਉੱਤੇ ਜੋਬ ਕਰਦਾ, ਤੁਹਾਨੂੰ ਲੱਗਦਾ ਕਿ ਵਿਦੇਸ਼ ਦੇ ਵਿੱਚ ਜਾ ਕੇ ਉਹ ਆਪਣਾ ਘਰ ਬਾਰ ਸੁਧਾਰ ਸਕਦਾ ਹੈ, ਆਪਣਾ ਫਿਊਚਰ, ਆਪਣਾ ਆਉਣ ਵਾਲਾ ਸਮਾਂ ਸੁਧਾਰ ਸਕਦਾ ਆ? ਬਿਲਕੁਲ, ਜੇ ਉਹ ਦੇਖੋ ਇਹਦੇ 'ਚ ਇਹ ਨਹੀਂ ਹੈ 10-15 ਹਜ਼ਾਰ ਇੱਥੇ ਕਮਾਉਂਦਾ, ਜੇ ਉਹਦੇ ਕੋਲ ਜਜ਼ਬਾ ਉਹ ਕੰਮ ਕਰ ਸਕਦਾ ਤਾਂ ਉਹ ਬਾਹਰ ਜਾ ਕੇ ਆਪਣੀ ਲਾਈਫ ਬਹੁਤ ਚੰਗੀ ਜੀ ਸਕਦਾ, ਪਿੱਛੇ ਆਪਣੇ ਪੇਰੈਂਟਸ ਨੂੰ ਵੀ ਭੇਜ ਕੇ ਬਹੁਤ ਅੱਛੀ ਲਾਈਫ ਉਹਨਾਂ ਨੂੰ ਵੀ ਦੇ ਸਕਦਾ। ਜੇ ਬਟ ਫਿਰ ਉਹੀ ਗੱਲ ਆ ਗਈ, ਜੇ ਉਹ ਹਾਰਡ ਵਰਕ ਕਰ ਸਕਦਾ, ਇਹ ਨਹੀਂ ਕਿ ਉੱਥੇ ਵੀ 10 ਵਜੇ ਤੱਕ ਸੁੱਤਾ ਰਹੇ, ਉੱਥੇ ਸ਼ਿਫਟਾਂ ਨਹੀਂ ਵੇਟ ਕਰਦੀਆਂ ਕਿਸੇ ਦੀ ਵੀ, ਅੱਜ ਤੁਸੀਂ ਲੇਟ ਹੋਏ ਸਵੇਰੇ ਤੁਹਾਡੀ ਜੋਬ ਖਤਮ। ਜੇ ਬੰਦਾ ਮੈਂਟਲੀ ਇੱਧਰੋਂ ਪ੍ਰਪੇਅਰ ਹੋ ਕੇ ਜਾਵੇ ਕਿ ਮੈਂ ਸੈਟਲ ਹੋਣਾ, ਮੈਂ ਮਿਹਨਤ ਕਰਨੀ ਹੈ, ਤਾਂ ਉਹ 100% ਉੱਥੇ ਸਕਸੈਸਫੁਲ ਹੁੰਦਾ। ਇੱਕ ਇਹ ਵੀ ਗੱਲ ਚੱਲਦੀ ਹੈ ਕਿ ਸਮਾਂ ਪਹਿਲਾਂ ਜਿਹਾ ਨਹੀਂ ਰਿਹਾ, ਚਾਹੇ ਇੰਗਲੈਂਡ ਆ, ਅਮੈਰੀਕਾ ਆ, ਕੈਨੇਡਾ, ਸਮਾਂ ਪਹਿਲਾਂ ਜਿਹਾ ਨਹੀਂ ਰਿਹਾ। ਜਿਹਨੇ ਜਿਹੜੇ ਪੁਰਾਣੇ ਸੀ, ਪੁਰਾਣਿਆਂ ਨੇ ਜਾ ਕੇ ਕਮਾਈਆਂ ਕਰ ਲਈਆਂ, ਮਹਿਲ ਉਸਾਰ ਲਏ, ਇੱਧਰ ਵੀ ਮਹਿਲ ਉਸਾਰ ਲਏ, ਉਹ ਉਸਾਰ ਲਏ, ਕਹਿੰਦੇ ਹੁਣ ਉਹ ਚੀਜ਼ ਨਹੀਂ ਰਹੀ, ਹੁਣ ਜਾ ਕੇ ਇਕੱਲੀਆਂ ਦਿਹਾੜੀਆਂ ਸ਼ਿਫਟਾਂ ਹੀ ਲੱਗਦੀਆਂ ਨੇ, 25-30 ਲੱਖ ਲਾ ਕੇ ਗਏ ਉਹੀ ਲੈਂਦਾ, ਹੋਰ ਕੁਛ ਨਹੀਂ ਪੱਲੇ ਪੈਂਦਾ। ਨਹੀਂ ਨਹੀਂ, ਇੱਦਾਂ ਦਾ ਕੁਛ ਵੀ ਨਹੀਂ ਹੈ। ਹਾਂ ਇੱਦਾਂ ਹੈ, ਕਈ ਜਿਹੜੇ ਹੁਣ ਨਹੀਂ, ਤਾਂ ਉਹੀ ਫਿਰ ਉਹੀ ਗੱਲ ਆ ਜਾਂਦੀ ਹੈ, ਮਿਹਨਤ ਜਿਹੜਾ ਕਰਦਾ। ਮੈਂ ਮੇਰੇ ਸਟੂਡੈਂਟਸ ਨੇ, ਮੈਂ ਜਿਹੜੇ ਸਟੂਡੈਂਟ 5-7 ਸਾਲ ਪਹਿਲਾਂ ਭੇਜੇ ਨੇ, ਬਹੁਤ ਵਧੀਆ ਸੈਟਅਪ, ਬਹੁਤ ਵਧੀਆ ਉਹਨਾਂ ਦਾ ਸੈਟਅਪ ਹੈ ਉੱਥੇ। ਮੈਂ ਹੁਣ ਰੀਸੈਂਟਲੀ ਜਨਵਰੀ ਦੇ ਵਿੱਚ ਗਈ ਸੀ, ਮੈਂ ਉਹਨਾਂ ਕੋਲ ਗਈ ਸੀ, ਟਰਾਂਸਪੋਰਟੇਸ਼ਨ ਕੰਪਨੀ ਬਣਾਈ ਹੈ ਉਹਨਾਂ ਨੇ, 3 ਸਟੂਡੈਂਟ ਸੀ ਇਕੱਠਿਆਂ ਨੇ ਮਿਲ ਕੇ, ਤਾਂ ਇੱਦਾਂ ਦਾ ਕੁਛ ਨਹੀਂ, ਮਿਹਨਤ ਕੀਤੀ ਉਹਨਾਂ ਨੇ, 3 ਬੰਦਿਆਂ ਨੇ ਰਲ ਕੇ ਆਪਣਾ ਉੱਥੇ ਬਿਜ਼ਨਸ ਸਟਾਰਟ ਕੀਤਾ, ਅਤੇ ਅੱਜ ਤੁਸੀਂ ਦੇਖੋ 1 ਆਫ ਦਾ ਲੀਡਿੰਗ ਕੰਪਨੀ ਹੈ ਉਹ ਸਰੀ ਦੀ।
ਬੰਦਾ ਮਤਲਬ ਮਿਹਨਤੀ ਹੋਣਾ ਚਾਹੀਦਾ। ਉੱਥੇ ਆ ਨਹੀਂ ਕਿ ਤੁਸੀਂ ਇੱਧਰ ਆਰਾਮ ਨਾਲ ਬੈਠੇ ਹੋ, ਸਵੇਰੇ ਜੌਬ 'ਤੇ ਜਾ ਰਹੇ ਹੋ ਜਾਂ ਨਹੀਂ ਜਾ ਰਹੇ, ਜਾਂ ਫੋਨ ਕਰ ਰਹੇ ਹੋ ਜੀ ਅੱਜ ਮੈਂ ਆਉਣਾ ਨਹੀਂ, ਮੇਰੀ ਅੱਜ ਆਹ ਪ੍ਰੋਬਲਮ ਹੈ, ਅੱਜ ਮੈਂ ਉੱਠਿਆ ਨਹੀਂ, ਆਹ ਦਰਦ ਕਰਦਾ। ਉੱਥੇ ਆਹ ਚੀਜ਼ਾਂ ਨਹੀਂ, ਤੁਹਾਡੀ ਹੈਲਥ ਪ੍ਰੋਬਲਮ, ਤੁਹਾਡੀ ਕੋਈ ਵੀ ਪ੍ਰੋਬਲਮ ਹੈ ਉਹ ਤੁਹਾਡੇ ਤੱਕ ਹੈ, ਕੰਮ 'ਤੇ ਉਹ ਨਹੀਂ ਆਉਣੀ ਚਾਹੀਦੀ। ਜੋ ਕੰਮ 'ਤੇ ਆਏਗੀ ਫਿਰ ਤੁਹਾਡਾ ਕੁਛ ਨਹੀਂ ਹੋ ਸਕਦਾ। ਤਾਂ ਬੰਦੇ ਦੇ ਕੰਮ ਦੀ ਕੀਮਤ ਹੈ, ਕੰਮ ਦੀ ਕੀਮਤ ਹੈ, ਬਿਲਕੁਲ ਕੰਮ ਦੀ ਕੀਮਤ ਹੈ, ਬੰਦੇ ਦੀ ਬੰਦੇ ਦੀ ਕੀਮਤ ਹੀ ਉਹਦੇ ਕੰਮ ਕਰਕੇ, ਠੀਕ ਹੈ ਨਾ, ਬਿਲਕੁਲ। ਉਹਦੀ ਕੀਮਤ ਹੀ ਹੈ ਕਿ ਉਹ ਕੰਮ ਕਿੱਦਾਂ ਦਾ ਕਰਦਾ, ਉਹਦਾ ਕੰਮ ਹੀ ਜਿਹੜਾ ਹੈ ਨਾ ਉਹ ਬੰਦੇ ਦੀ ਵੈਲਿਊ ਪਾਉਂਦਾ ਉਹਦੇ ਕੰਮ 'ਤੇ। ਅੱਛਾ, ਡਿਫਰੈਂਟ ਕੀ ਦੇਖਦੇ ਹੋ ਪੰਜਾਬ ਦੀ ਜ਼ਿੰਦਗੀ ਅਤੇ ਵਿਦੇਸ਼ ਦੀ ਜ਼ਿੰਦਗੀ, ਚਾਹੇ ਮੁਲਕ ਜਿਹੜਾ ਮਰਜ਼ੀ ਹੋਵੇ, ਕੀ ਡਿਫਰੈਂਟ ਦੇਖਦੇ? ਮੈਂ ਡਿਫਰੈਂਟ ਲਾਈਫ ਸਟਾਈਲ ਡਿਫਰੈਂਟ ਦੇਖਦੀ ਹਾਂ। ਇੱਥੇ ਆਪਾਂ ਜਿਹੜਾ ਜਿਵੇਂ ਦਾ ਲਾਈਫ ਸਟਾਈਲ ਆਪਣਾ ਇੱਥੇ ਹੈ ਉਹ ਦੇਖਦੀ ਹਾਂ ਕਿ ਉਹ ਚੇਂਜ ਹੈ ਉੱਥੇ, ਉਹ ਆਪਣੇ ਬੱਚਿਆਂ ਨੂੰ ਉਹੀ ਫੈਸੀਨੇਟ ਕਰਦਾ ਕਿ ਨਹੀਂ ਮੈਨੂੰ ਇੱਦਾਂ ਦੀ ਲਾਈਫ ਚਾਹੀਦੀ ਹੈ। ਖਾਣ ਪੀਣ ਹੋਵੇ ਜਾਂ ਜੋ ਮਰਜ਼ੀ, ਤੁਹਾਡੀ ਤੁਸੀਂ ਸੁਣਿਆ ਹੋਣਾ ਕਿ 10 ਸਾਲ ਬੰਦੇ ਦੀ ਲਾਈਫ ਵੱਧ ਜਾਂਦੀ ਹੈ, ਬਿਲਕੁਲ, ਉਹ ਦੇਖ ਕੇ ਹੀ ਵੱਧ ਜਾਂਦੀ ਹੈ। ਤੁਸੀਂ ਏਅਰਪੋਰਟ ਤੋਂ ਬਾਹਰ ਨਿਕਲਦੇ ਤੁਹਾਨੂੰ ਐਵੇਂ ਲੱਗਦਾ ਮੈਂ 10 ਸਾਲ ਹੋਰ ਜੀ ਲਾਂਗੀ ਇੱਥੇ। ਇਹ ਹੈ, ਇਹ ਫਰਕ ਹੈ, ਇੱਥੇ ਦੀ ਲਾਈਫ ਸਟਾਈਲ ਦਾ ਵੀ ਬਹੁਤ ਫਰਕ ਹੈ, ਸਿਸਟਮ ਦਾ ਬਹੁਤ ਫਰਕ ਹੈ। ਇੱਥੇ ਬਹੁਤ ਸਿਸਟਮ ਦਾ ਤੁਹਾਨੂੰ ਵੀ ਪਤਾ ਹੋਏਗਾ, ਮੈਂ ਨਹੀਂ ਔਨ ਕੈਮਰਾ ਕੁਛ ਕਹਿਣਾ ਚਾਹੁੰਦੀ, ਬਟ ਹੈ ਬਹੁਤ ਫਰਕ ਹੈ। ਉੱਥੇ ਜੌਬ ਵੀ ਉਹ ਬੱਚਾ ਕਰੇ, ਉਹ ਮਿਹਨਤ ਕਰੇ, ਉਹਨੂੰ ਉਹ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਦਾ, ਜਬਕਿ ਇੱਥੇ ਲੱਗਦਾ ਉਹਨੂੰ ਟਾਈਮ, ਹਰ ਇੱਕ ਚੀਜ਼ 'ਤੇ ਟਾਈਮ ਲੱਗਦਾ, ਹਰ ਇੱਕ ਚੀਜ਼ 'ਤੇ ਸਮਾਂ, ਹਰ ਇੱਕ ਚੀਜ਼ 'ਤੇ ਟਾਈਮ ਲੱਗਦਾ। ਵਿਦੇਸ਼ ਦੇ ਵਿੱਚ ਜਾ ਕੇ ਕਹਿੰਦੇ ਕਿ ਤੁਹਾਨੂੰ 3-4 ਸਾਲ ਜਾਂ 5 ਸਾਲ ਤਾਂ ਘੱਟੋ ਘੱਟ ਦੇਣੇ ਪੈਂਦੇ ਜਾਂ ਆਪਣੇ ਆਪ ਨੂੰ ਭੁੱਲਣਾ ਪੈਂਦਾ, ਜੇ ਆਉਣ ਵਾਲੇ 30-40 ਸਾਲ ਜਾਂ ਆਪਣੀ ਪੀੜ੍ਹੀ ਦੇ ਲਈ, ਅਗਲੀ ਪੀੜ੍ਹੀ ਦੇ ਲਈ ਕੁਛ ਨਾ ਕੁਛ ਬਣਾਉਣਾ ਵਿੱਚ ਕਿੰਨੀ ਕੁ ਸੱਚਾਈ ਆ? ਨਹੀਂ, ਸਭ ਕੁਛ ਦੇਣਾ ਨਹੀਂ ਪੈਂਦਾ, ਸਭ ਕੁਛ ਭੁੱਲਣਾ ਪੈਂਦਾ, ਆਪਣੇ ਆਪ ਨੂੰ ਭੁੱਲਣਾ ਪੈਂਦਾ। ਮੈਂ ਕਿਹਾ 5 ਸਾਲ ਤੁਹਾਨੂੰ ਕਰੈਕਟ ਕਰਾਂਗੀ, ਮੈਂ ਕਿਹਾ 5 ਸਾਲ ਆਪਣੇ ਆਪ ਨੂੰ ਭੁੱਲਣਾ ਪੈਂਦਾ ਜੇ ਉਸ ਤੋਂ ਬਾਅਦ ਕੁਛ ਬਣਾਉਣਾ ਆ। ਬਿਲਕੁਲ, 4-5 ਸਾਲ ਉਹਨੂੰ ਪੂਰੇ ਦੇਣੇ ਪੈਂਦੇ ਆਪਣੇ ਆਪ ਨੂੰ, ਆਪਣੇ ਆਪ ਨੂੰ ਭੁੱਲਣਾ ਪੈਂਦਾ ਕਿ ਉਹ ਕੀ ਹੈ। ਜੇ ਉਹ ਆਪਣੇ ਆਪ ਨੂੰ ਭੁੱਲ ਕੇ ਮਿਹਨਤ ਕਰਦਾ ਤਾਂ ਉਹ ਅਗਲੇ 30 ਸਾਲ ਆਪਣੀ ਜ਼ਿੰਦਗੀ ਬਹੁਤ ਵਧੀਆ ਜੀ ਸਕਦਾ। ਉਹ ਕੰਟਰੀ ਹੈ ਜਿਹੜੀ ਤੁਹਾਨੂੰ ਨਹੀਂ, ਤੁਹਾਡੇ ਪੂਰੇ ਪਰਿਵਾਰ ਪਾਲਦੀ ਹੈ, ਪਾਲਦੀ ਹੈ। ਅਤੇ ਮੈਂ ਜੇ ਮੈਂ ਤੁਹਾਡੀ ਸਕਸੈਸ ਰੇਟ ਦੀ ਗੱਲ ਕਰਾਂ, ਰਿਫਿਊਜ਼ਲ ਦੀ ਖਾਸ ਕਰ ਗੱਲ ਕਰਾਂ, ਹਾਲਾਂਕਿ ਆਪਣੀ ਵੀਡੀਓ ਇਨਫੋਰਮੇਟਿਵ ਹੈ ਪਰ ਫਿਰ ਵੀ ਮੈਂ ਜ਼ਰੂਰ ਗੱਲ ਕਰੂੰ, ਸਕਸੈਸ ਰੇਟ ਦੀ ਗੱਲ ਕਰਾਂ, ਸਕਸੈਸ ਰੇਟ ਰਿਫਿਊਜ਼ਲ ਦਾ ਕੀ ਹੈ? ਸਾਡਾ ਰਿਫਿਊਜ਼ਲ ਦਾ ਸਕਸੈਸ 90% ਕੇਸਿਸ ਦੇ ਵਿੱਚ ਆਪਣਾ ਵੀਜ਼ਾ ਆਉਂਦਾ, ਜੇ ਕੋਈ ਰਿਫਿਊਜ਼ਲ ਵਾਲਾ ਕੇਸ ਆਉਂਦਾ ਆਪਣੇ ਕੋਲ। ਔਰ ਮੈਕਸੀਮਮ ਮੇਰੇ ਕੋਲ 70%, ਮੈਂ ਤੁਹਾਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਵੀ ਦੱਸ ਰਹੀ ਸੀ, ਮੈਂ 1 ਤਰੀਕ ਤੱਕ ਆਪਣਾ ਰਿਕਾਰਡ ਚੈੱਕ ਕਰਨੀ ਕਿੰਨੀਆਂ ਕੁ ਫਾਈਲਾਂ ਆਪਣੇ ਕੋਲ ਕਿਹੜੀਆਂ ਨੇ, ਅਤੇ ਮੈਂ ਉਹਦੇ 'ਚ ਦੇਖਿਆ ਕਿ 72% ਫਾਈਲਸ ਮੇਰੇ ਕੋਲ ਸਾਰੀਆਂ ਰਿਫਿਊਜ਼ਲ ਵਾਲੀਆਂ ਨੇ, ਔਰ ਉਹਦਾ 90% ਸਾਡਾ ਸਕਸੈਸ ਰੇਟ ਹੈ। 10% ਹੈ ਜੇ ਕਿਸੇ ਦਾ ਕੁਛ ਨਹੀਂ ਕਰ ਸਕਦੇ, ਕਲਾਇੰਟ ਦੀ ਜੇ ਕਿਸੇ ਏਜੰਟ ਨੇ ਜਾਂ ਉਹਨੇ ਆਪ ਨੇ ਕੋਈ ਡਾਕੂਮੈਂਟ ਇੱਦਾਂ ਦਾ ਲਾਇਆ ਜੋ ਸਾਨੂੰ ਵੀ ਲੱਗਦਾ ਕਿ ਨਹੀਂ ਲੱਗਣਾ ਚਾਹੀਦਾ ਸੀ, ਉਹਨਾਂ ਨੂੰ ਆਪਾਂ ਹੱਥ ਜੋੜਦੇ ਵੀ ਕਿਸੇ ਹੋਰ ਕੰਟਰੀ ਦਾ ਅਪਲਾਈ ਕਰ ਲਓ, ਬੈਟਰ ਹੈ, ਇੱਥੇ ਆਪਾਂ ਪੈਸੇ ਨਾ ਖਰਾਬ ਕਰੀਏ। ਮੈਂ ਚਾਹੂੰਗਾ ਉਹਨਾਂ ਮਾਪਿਆਂ ਦੇ ਲਈ ਸੁਨੇਹਾ ਜ਼ਰੂਰ ਦੇ ਦਿਓ ਜਿਹੜੇ ਵਿਦੇਸ਼ ਦੇ ਵਿੱਚ ਜਾਣਾ ਚਾਹੁੰਦੇ, ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ, ਪਰ ਹਾਂ ਰਿਫਿਊਜ਼ਲ ਤੋਂ ਬਚਣਾ ਹਰ ਕੋਈ ਚਾਹੁੰਦਾ, ਕਿ ਉਹ ਵੀ ਕਿਉਂ ਚਾਹੁੰਦੇ ਆ ਕਿ ਅਸੀਂ ਰਿਫਿਊਜ਼ਲ ਤੋਂ ਜ਼ਰੂਰ ਬਚ ਜੀਏ, ਉਹਨਾਂ ਦੇ ਲਈ ਸੁਨੇਹਾ ਜ਼ਰੂਰ ਦੇ ਦਿਓ। ਮੈਂ ਬਸ ਇੰਨਾ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਫਾਈਲ ਲਗਾਉਣ ਜਾਂਦੇ ਹੋ, ਕਿਤੇ ਵੀ ਜਾਂਦੇ ਹੋ, ਇਹ ਨਹੀਂ ਕਿ ਤੁਸੀਂ ਇੱਥੇ ਆਉਣਾ ਜਾਂ ਮੇਰੇ ਕੋਲ ਆਉਣਾ ਜਾਂ ਮੈਂ ਕਿਸੇ ਵੀ ਏਜੰਟ ਕੋਲ ਜਾਂਦੇ ਹੋ, ਆਪਣੀ ਫਾਈਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਲੱਗ ਰਿਹਾ ਫਾਈਲ 'ਚ, ਉਹ ਜ਼ਰੂਰ ਦੇਖੋ ਜੀ, ਕਿਉਂਕਿ ਉਹ ਆਪਣੀ ਜ਼ਿੰਦਗੀ ਦਾ ਸਵਾਲ ਹੈ, ਆਪਣੀ ਫਾਈਲ 'ਚ ਕੀ ਲੱਗਿਆ, ਬੈਂਕ, ਬਿਜ਼ਨਸ, ਪ੍ਰੋਪਰਟੀ ਅਤੇ ਪਰਪਜ਼ ਆਫ ਵਿਜ਼ਿਟ। ਬਿਲਕੁਲ, ਉਹ ਇੱਕ ਵਾਰ ਕਵਰਿੰਗ ਲੈਟਰ ਵੀ ਕਈ ਏਜੰਟ ਨਹੀਂ ਦਿੰਦੇ, ਬਟ ਉਹਨਾਂ ਕੋਲ ਕਵਰਿੰਗ ਦੇ ਪੁਆਇੰਟਸ ਜ਼ਰੂਰ ਲਓ। ਮੈਂ ਨਹੀਂ ਕਹਿੰਦੀ ਕਵਰਿੰਗ ਲਓ ਅਤੇ ਏਜੰਟ ਵੀ ਮੈਨੂੰ ਗਾਲਾ ਕੱਢਣ,
ਕਵਰਿੰਗ ਦੇ ਪੁਆਇੰਟਸ ਜ਼ਰੂਰ ਲਿਓ ਕਿ ਉਹਨਾਂ ਨੇ ਫਾਈਲ 'ਚ ਤੁਹਾਡਾ ਪ੍ਰੈਜ਼ੈਂਟ ਕੀ ਕੀਤਾ ਅੰਬੈਸੀ ਆਫਿਸਰ ਨੂੰ, ਤਾਂ ਉਹ ਜ਼ਰੂਰ, ਮੈਂ ਇਹੀ ਕਹਾਂਗੀ ਆਪਣੀ ਫਾਈਲ ਦੇ ਆਪ ਜ਼ਿੰਮੇਵਾਰ ਬਣੋ, ਥੋੜ੍ਹਾ ਜਿਹਾ ਦੇਖੋ ਫਾਈਲ 'ਚ ਕੀ ਲੱਗ ਰਿਹਾ, ਅਤੇ ਜੇ ਤੁਸੀਂ ਇੰਨੇ ਕੁ ਐਜੂਕੇਟ ਆਪਣੇ ਆਪ ਨੂੰ ਕਰ ਲੈਂਦੇ ਹੋ ਤਾਂ ਤੁਹਾਡੀ ਰਿਫਿਊਜ਼ਲ ਨਹੀਂ ਆ ਸਕਦੀ। ਭਾਵ ਜਿਵੇਂ ਤੁਸੀਂ ਕਿਹਾ ਕਿ ਜੋ ਸਾਡੇ ਕੋਲ ਆਉਂਦਾ ਅਸੀਂ ਅੱਧਾ ਏਜੰਟ ਬਣਾ ਕੇ ਭੇਜਦੇ ਹਾਂ, ਜੇ ਹਰ ਕੋਈ ਅੱਧਾ ਏਜੰਟ ਬਣ ਜੇ ਮੈਨੂੰ ਲੱਗਦਾ ਰਿਫਿਊਜ਼ਲਾਂ ਘੱਟ ਜਾਣਗੀਆਂ। ਬਹੁਤ ਘੱਟ ਜਾਣਗੀਆਂ, ਬਹੁਤ ਘੱਟ ਜਾਣਗੀਆਂ, ਅਤੇ ਜ਼ਰੂਰੀ ਵੀ ਹੈ, ਬਿਲਕੁਲ ਜ਼ਰੂਰੀ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ, ਹਰ ਮੈਂ ਤੁਹਾਨੂੰ ਉਹੀ ਤਾਂ ਦੱਸ ਰਹੀ ਹਾਂ, ਜਲੰਧਰ 'ਚ ਜਾਂ ਕਿਸੇ ਆਪਾਂ ਪੰਜਾਬ ਦੀ ਗੱਲ ਕਰੀਏ, ਇੰਨੇ ਏਜੰਟਸ ਨੇ, ਔਰ ਕਲਾਇੰਟ ਤੁਹਾਡੇ ਕੋਲ ਰਿਫਿਊਜ਼ ਹੋਇਆ ਤਾਂ ਦੂਜੇ ਕੋਲ ਲਾਏਗਾ, ਉਹਨੂੰ ਉਹਦਾ ਮਨ ਟਿਕਣਾ ਚਾਹੀਦਾ ਬਸ ਕਿ ਨਹੀਂ ਸ਼ਾਇਦ ਇੱਧਰੋਂ ਵੀਜ਼ਾ ਲੱਗ ਜਾਏਗਾ। ਔਰ ਸਾਡੀ ਇੱਕ ਜ਼ਿੰਮੇਵਾਰੀ ਵੀ ਹੈ, ਜੇ ਉਹ ਸਾਡੇ ਬਾਰੇ ਸੋਚਦਾ ਨਾ ਸ਼ਾਇਦ ਮੇਰਾ ਇੱਧਰੋਂ ਵੀਜ਼ਾ ਲੱਗੇਗਾ, ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਆਪਾਂ ਫਾਈਲ ਦੇਖ ਕੇ ਉਹਨੂੰ ਵੀਜ਼ਾ ਦਵਾ ਕੇ ਹੀ ਭੇਜੀਏ। ਜੀ, ਤੁਸੀਂ ਸਮਝਤਾ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਵੀਜ਼ਾ 24 ਤੋਂ ਪੂਜਾ ਸਚਦੇਵਾਹੁਰੀ ਮੇਰੇ ਨਾਲ ਸੀ। ਵੀਜ਼ਾ 24 ਦੇ ਦਫ਼ਤਰ ਦੇ ਵਿੱਚ ਤੁਸੀਂ ਪਹੁੰਚ ਕਰ ਸਕਦੇ ਹੋ। ਵੀਜ਼ਾ 24 ਦੇ ਸੰਪਰਕ ਨੰਬਰ ਇਸ ਵੇਲੇ ਟੀਵੀ ਸਕਰੀਨ ਦੇ ਉੱਪਰ ਚੱਲ ਰਹੇ ਆ, ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ, ਤੁਹਾਡੀ ਟਿੱਪਣੀ ਬੜੀ ਅਹਿਮ ਹੈ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ, ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਜਾਇਦ, ਧੰਨਵਾਦ ਜੀ।